ਨਮੋ ਬੁੱਧਾ ਜੈ ਭੀਮ ਜੈ ਪ੍ਰਬੁੱਧ ਭਾਰਤ ਯੂਕੇ ਯੂਰਪ ਅਤੇ ਬਾਕੀ ਦੇਸ਼ਾਂ ਦੇ ਵਿੱਚ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਵੱਲੋਂ ਸਥਾਪਿਤ ਕੀਤੇ ਗਏ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਲੋਟਸ ਟੀਵੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤਰਸੇਮ ਕੌਲ ਅੱਜ ਫਿਰ ਆਪ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਔਰ ਪਹਿਲੇ ਦੀ ਤਰ੍ਹਾਂ ਫੀਡਬੈਕ ਇਹ ਵੀ ਜ਼ਰੂਰ ਕਰੋਗੇ। ਲੋਟਸ ਟੀਵੀ ਜੋ ਕਾਂਸ਼ੀ ਟੀਵੀ ਦੇ ਮਾਧਿਅਮ ਤੋਂ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਇਸ ਨੂੰ ਤੁਸੀਂ ਸਕਾਈ 765 'ਤੇ ਦੇਖ 6 ਵਜੇ ਤੋਂ 7 ਵਜੇ ਤੱਕ ਐਵਰੀ ਸੰਡੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਅਤੇ ਇਸ ਨੂੰ ਵੈਂਸਡੇ ਵਾਲੇ ਦਿਨ ਵੀ ਤੁਸੀਂ ਇਸ ਨੂੰ ਰਿਪੀਟ ਕੀਤਾ ਜਾਂਦਾ ਹੈ। ਐਵਰੀ ਵੈਂਸਡੇ 2 ਵਜੇ ਇਸ ਨੂੰ ਰਿਪੀਟ ਵੀ ਦੇਖ ਸਕਦੇ ਹੋ। ਅੱਜ ਦਾ ਪ੍ਰੋਗਰਾਮ ਜੋ ਹੈ ਇੱਕ ਸਪੋਂਸਰ ਪ੍ਰੋਗਰਾਮ ਹੈ ਕਿਉਂਕਿ ਇਹ ਪ੍ਰੋਗਰਾਮ ਸਤਿਕਾਰਯੋਗ ਲੇਟ ਸੋਹਣ ਲਾਲ ਰੱਤੂ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਸਪੋਂਸਰ ਕੀਤਾ ਗਿਆ ਹੈ। ਜਿਹਨਾਂ ਇਹਨਾਂ ਨੂੰ ਜਿਸ ਨੂੰ ਕਿ ਇੱਕ ਕਮੇਟੀ ਦੇ ਪਿਤਾਵਾਂ ਵੀ ਕਿਹਾ ਜਾਂਦਾ ਹੈ। ਇਹਨਾਂ ਨੇ ਕਿਉਂਕਿ ਗੀਤ ਵੀ ਲਿਖੇ, ਕਮੇਟੀ ਬਣੀ ਵੀ, ਬਣਨ ਵਿੱਚ ਵੀ ਉਹਨਾਂ ਨੇ ਮਦਦ ਕੀਤੀ, ਮਦਦ ਨਹੀਂ ਕੀਤੀ ਕਮੇਟੀ ਨੂੰ ਬਣਾਉਣ ਵਿੱਚ ਵੀ, ਚਲਾਉਣ ਵਿੱਚ ਵੀ, ਔਰ ਇੱਥੋਂ ਤੱਕ ਪਹੁੰਚਾਉਣ ਵਿੱਚ ਵੀ ਉਹਨਾਂ ਨੇ ਮਦਦ ਕੀਤੀ ਹੈ। ਜਿਨ੍ਹਾਂ ਨੇ ਬਾਬਾ ਸਾਹਿਬ ਜੀ ਦੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਗੀਤ ਲਿਖੇ ਅਤੇ ਰਿਕਾਰਡ ਕੀਤੇ ਗਏ। ਧਨ ਪੀਮਾ ਧਨ ਤੇਰੀ ਧਨ ਦੀ ਕਮਾਈ ਵੇ, ਦੇਸ਼ ਕੌਮ ਦੀ ਖਾਤਰ ਜ਼ਿੰਦਗੀ ਲਾਵਾਂਗੇ, ਭੀਮ ਜੀ ਤੇਰਾ ਘਰ ਘਰ ਮਿਸ਼ਨ ਪਹੁੰਚਾਵਾਂਗੇ। ਇਹ 8 ਗਾਣੇ ਜੋ ਪੰਜਾਬੀ ਵਿੱਚ ਪਹਿਲੀ ਵਾਰੀ 1972 ਦੇ ਵਿੱਚ ਰਿਕਾਰਡ ਕੀਤੇ ਗਏ ਸੀ। ਬਾਬਾ ਸਾਹਿਬ ਨੇ ਲਿਖੇ ਗੀਤ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਣ ਪ੍ਰਾਪਤ ਹੈ। ਰੱਤੂ ਸਦੀਆਂ ਤੋਂ ਲੱਗੀ ਹੋਈ ਗੁਲਾਮੀ ਧੋਣ ਰਹਾਉਣ ਨੂੰ, ਤੈਨੂੰ ਹਿੰਦ ਦੇ ਅਛੂਤਾ ਜੈ ਇੱਕ ਹੋਣ ਨੂੰ, ਝੰਡਾ ਬੁੱਧ ਵਾਲਾ ਹੱਥ 'ਚ ਫੜਾਇਆ ਭੀਮ ਨੇ, ਉਹ ਸੁੱਤੀ ਮੇਰੀ ਕੌਮ ਨੂੰ ਜਗਾਇਆ ਭੀਮ ਨੇ, ਤੇਰੇ ਕਦਮਾਂ ਦੀ ਸਹੁੰ ਅੱਜ ਭੀਮ ਸੋਹਣੇ, ਤੇਰੇ ਮਿਸ਼ਨ ਲਈ ਜ਼ਿੰਦਗੀ ਲਾ ਦਿਆਂਗੇ, ਉਹ ਫਿਰ ਫਿਰ ਕੇ ਗਲੀ ਵਿੱਚ ਕੁੱਚਿਆਂ ਦੇ, ਤੇਰਾ ਘਰ ਘਰ ਸੁਨੇਹਾ ਪਹੁੰਚਾ ਦਿਆਂਗੇ, ਖੂਨ ਹੱਡੀਆਂ ਨੋਚ ਕੇ ਮਾਸ ਆਪਣਾ ਅਸੀਂ ਕੌਮ ਦੀ ਭੇਂਟ ਚੜਾ ਦਿਆਂਗੇ, ਉਹ ਰਹੀ ਜ਼ਿੰਦਗੀ ਰੱਤੂ ਇਸ ਜੱਗ ਉੱਤੇ ਅਤੇ ਮੁੱਲ ਤੇਰੀ ਬਾਬਾ ਸਾਹਿਬ ਤੇਰੀ ਕਲਮ ਦਾ ਪਾ ਦਿਆਂਗੇ। ਇਸ ਇਹੋ ਜਿਹੇ ਸ਼ੇਰ ਹਨ, ਇਹੋ ਜਿਹੇ ਗੀਤ ਹਨ, ਉਹ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਗੇ। ਰੱਤੂ ਸਾਹਿਬ ਇਸੇ ਸਾਲ 11 ਜਨਵਰੀ ਨੂੰ ਸਾਡੇ ਕੋਲ ਵਿਛੜ ਗਏ ਸਨ। ਅਸੀਂ ਅੱਜ ਰੱਤੂ ਸਾਹਿਬ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ, ਉਹਨਾਂ ਦੇ ਕੀਤੇ ਹੋਏ ਕੁਛ ਕਰਮਾਂ ਦੇ ਬਲ ਦੇ ਨਾਲ ਨਿਰਮਾਣ ਦੇ ਪਾਉਂਦੇ ਬਣ, ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਸ਼ਰਧਾਂਜਲੀ ਅਰਪਣ ਕਰਦੇ ਹਾਂ। ਤੋ ਅੱਜ ਜਦੋਂ ਅਸੀਂ ਮੇਰੇ ਨਾਲ ਸਾਥੀ ਚਰਚਾ ਕਰਨ ਆਏ ਹਨ ਮਿਸ਼ਨ ਅੱਜ ਦੇ ਪ੍ਰੋਗਰਾਮ ਵਿੱਚ, ਉਸ ਬਾਰੇ ਵੀ ਮੈਂ ਦੱਸਦਾ। ਦੇਵ ਲਾਲ ਸੁਮਨ ਜੀ ਆਏ ਹਨ ਲੋਟਸ ਟੀਵੀ ਦੇ ਸਟੂਡੀਓ ਵਿੱਚ। ਸੁਮਨ ਜੀ, ਤੁਹਾਡਾ ਲੋਟਸ ਟੀਵੀ ਦੇ ਸਟੂਡੀਓ ਵਿੱਚ ਆਉਣ ਦਾ ਪਹਿਲਾਂ ਬਹੁਤ ਬਹੁਤ ਆਪ ਨੂੰ ਨਮੋ ਬੁੱਧਾ ਜੈ ਭੀਮ, ਔਰ ਲੋਟਸ ਟੀਵੀ ਦੇ ਸਟੂਡੀਓ ਵਿੱਚ ਆਉਣ ਦਾ ਆਪਦਾ ਸਵਾਗਤ ਹੈ ਜੀ। ਥੈਂਕ ਯੂ ਕੌਲ ਸਾਹਿਬ। ਨਮੋ ਬੁੱਧਾ ਹੈ ਜੈ ਭੀਮ, ਸੁਖੋ ਬੁੱਧਾ ਨੰਗ ਪਾਦੋ, ਸੁਖਾ ਸਧੰਮ ਦੇਸਨਾ, ਸੁਖਾ ਸੰਗਸ ਮੱਗੀ ਸੰਮਗਾਨੰ ਸੁਖੋ। ਬੁੱਧਾ ਦਾ ਜਨਮ ਲੈਣਾ ਸੁਖਦਾਇਕ ਹੈ, ਬੁੱਧਾ ਦੀਆਂ ਸਿੱਖਿਆਵਾਂ ਸੁਖਦਾਇਕ ਹਨ,
ਬੁੱਧਾਂ ਦੇ ਸ਼ਰਾਵਕ ਸੰਘ ਦੀ ਏਕਤਾ ਦੇ ਵਿੱਚ ਰਹਿਣਾ ਸੁਖਦਾਇਕ ਹੈ ਔਰ ਬੁੱਧਾਂ ਦੇ ਸ਼ਰਾਵਕ ਸੰਘ ਦਾ ਡਿਸਿਪਲਨ ਦੇ ਵਿੱਚ ਰਹਿ ਕੇ ਬੁੱਧਾਂ ਦੀਆਂ ਸਿੱਖਿਆਵਾਂ ਦਾ ਤਪ ਕਰਨਾ ਸੁਖਦਾਇਕ ਹੈ। ਹੈਪੀ ਇਜ਼ ਦਾ ਵਰਥ ਆਫ ਦਾ ਬੁੱਧਾਜ, ਹੈਪੀ ਇਜ਼ ਦੀ ਸੰਬਲਾਈਮ ਦੰਮਾ ਦ ਟੀਚਿੰਗ ਆਫ ਦਾ ਲੋਰਡ ਬੁੱਧਾ, ਹੈਪੀ ਇਜ਼ ਦੀ ਕਮਿਊਨਿਟੀ ਆਫ ਬੁੱਧਿਸਟ ਮੌਨ ਦਾ ਸੰਘ ਆਫ ਦਾ ਬੁੱਧਾ, ਐਂਡ ਹੈਪੀ ਇਜ਼ ਦੀ ਪ੍ਰੈਕਟਿਸ ਆਫ ਦ ਸੰਘਾ। ਯੂਕੇ, ਯੂਰਪ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਸਤਿਕਾਰਯੋਗ ਵੀਰਾਂ ਨੂੰ, ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾ ਹੈ, ਜੈ ਪੀ, ਜੈ ਪੂਰਵਧ ਭਾਰਤ ਜੀ। ਥੈਂਕ ਯੂ ਜੀ। ਸੁਮਨ ਜੀ, ਕਿਉਂ ਨਾ ਇੱਕ ਗੀਤ ਜੋ ਉਹਨਾਂ ਨੇ ਡੇਢ ਸਾਲ ਹੋਇਆ ਹੈ ਇੱਕ ਰਿਕਾਰਡ ਕਰਾਇਆ ਸੀ, ਭੀਮ ਜੀ ਤੇਰਾ ਘਰ ਘਰ ਮਿਸ਼ਨ ਬਚਾਵਾਂਗੇ, ਆਪਾਂ ਸੁਣਦੇ ਹਾਂ। ਉਸ ਤੋਂ ਬਾਅਦ ਇਹ ਜੋ ਉਹਨਾਂ ਦੀ ਯਾਦ ਵਿੱਚ ਅਸੀਂ ਲੋਟਸ ਟੀਵੀ ਵੱਲੋਂ ਉਹਨਾਂ ਨੂੰ ਯਾਦ ਕਰਦੇ ਹਾਂ, ਇੱਕ ਗੀਤ ਸੁਣੋ, ਭੀਮ ਜੀ ਤੇਰਾ ਘਰ ਘਰ ਮਿਸ਼ਨ ਬਚਾਵਾਂਗੇ। ਥੈਂਕ ਯੂ। ਕਰਮਿਸ਼ਨ
ਅਨਪੜ੍ਹਤਾ ਨੇ ਨਾ ਮੈਨੂੰ ਕਿਧਰੇ ਧੁਰ ਲਾਇਆ, ਮੈਂ ਖੋਟੇ ਸਿੱਕੇ ਵਾਂਗਰ ਹੀ ਕਦੇ ਚੱਲ ਗਿਆ ਕਦੇ ਮੁੜ ਆਇਆ। ਮੇਰੀ ਇਸ ਅਨਪੜ੍ਹਤਾ ਨੇ ਨਾ ਮੈਨੂੰ ਕਿਧਰੇ ਧੁਰ ਲਾਇਆ, ਖੋਟੇ ਸਿੱਕੇ ਵਾਂਗਰ ਹੀ ਕਦੇ ਚੱਲ ਗਿਆ ਕਦੇ ਮੁੜ ਆਇਆ। ਇਸ ਪਰਖਿਆ ਇਸ ਦੁਵਾਨੀ ਨੂੰ, ਇਸ ਪਰਖਿਆ ਇਸ ਦੁਵਾਨੀ ਨੂੰ, ਤੁਸੀਂ ਮਾਨੋ ਦਾ ਵੀ ਪਾ ਜਾਇਓ, ਇਹ ਗੀਤ ਮੇਰੇ ਲਈ ਗਾ 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 ਜਾਇਓ। ਜੀ ਤੇਰਾ ਇੱਕ ਪੈਰ ਕਬਰ ਵਿੱਚ ਮੇਰਾ ਹੈ, ਦੂਜਾ ਹੈ ਖੇਲੇ ਦੇ ਛਿਲਕੇ ਤੇ, ਇਹ ਤੁਸੀਂ ਜਾਣਦੇ ਉਹ ਸਾਰੇ ਕੀ ਹੋਣਾ ਹੈ ਰੱਤੂ ਦਿਲ ਕੇ ਤੇ। ਇੱਕ ਪੈਰ ਕਬਰ ਵਿੱਚ ਮੇਰਾ ਹੈ, ਦੂਜਾ ਹੈ ਖੇਲੇ ਦੇ ਛਿਲਕੇ ਤੇ, ਇਹ ਤੁਸੀਂ ਜਾਣਦੇ ਉਹ ਸਾਰੇ ਕੀ ਹੋਣਾ ਹੈ ਰੱਤੂ ਦਿਲ ਕੇ ਤੇ। ਕੁਝ ਚੰਗਾ ਮਾੜਾ ਕਹਿਣ ਪਿੱਛੋਂ, ਚੰਗਾ ਮਾੜਾ ਕਹਿਣ ਪਿੱਛੋਂ, ਜੈ ਭੀਮ ਜ਼ਰੂਰ ਬੁਲਾ ਜਾਇਓ, ਇਹ ਗੀਤ ਮੇਰੇ ਲਈ ਗਾ 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 ਜਾਇਓ। ਬਹੁਤ ਧੰਨਵਾਦ ਜੀ, ਤੁਸੀਂ ਗੀਤ ਸੁਣਿਆ ਪ੍ਰੇਮ ਜੀ ਤੇਰਾ ਘਰ ਘਰ ਮਿਸ਼ਨ ਪਹੁੰਚਾਵਾਂਗੇ। ਵਾਕਿਆ ਸਾਰੀ ਜ਼ਿੰਦਗੀ ਰੱਤੂ ਸਾਹਿਬ ਹੋਣੀ ਇਹ ਲਾਈ ਗੀਤ ਲਿਖਣ ਲਈ, ਔਰ ਵੱਜੇ ਵੀ ਸਾਰੇ ਗੀਤ ਮੇਰਾ ਤੁਸੀਂ ਗਾ ਜਾਇਓ, ਮੇਰਾ ਘਰ ਘਰ ਜੀ ਘਰ ਘਰ ਮਿਸ਼ਨ ਪਹੁੰਚਾ ਜਾਇਓ। ਬਿਊਟੀਫੁਲ ਸੌਂਗ, ਬਿਊਟੀਫੁਲ, ਉਹਨਾਂ ਦੇ ਲੇਖਣੀ ਦੇ ਧਨੀ ਸਨ, ਧਨੀ ਸਨ, ਕੋਟੀ ਕੋਟੀ ਨਮਨ ਸਾਡੇ ਬਹੁਤ ਹੀ ਸਤਿਕਾਰ ਜੋ ਲੇਖ ਸੋਹਣ ਲਾਲ ਰੱਤੂ ਜੀ ਨੂੰ, ਅਤੇ ਧੰਨਵਾਦ ਆ ਉਹਨਾਂ ਦੇ ਸਾਰੇ ਪਰਿਵਾਰ ਦਾ ਕਿ ਉਹ ਉਹਨਾਂ ਨੇ ਜੋ ਅੱਜ ਦੀ ਸੇਵਾ ਪ੍ਰੋਗਰਾਮ ਦੀ ਲਈ ਆ, ਉਹਦੇ ਨਾਲ ਹੀ ਨਾਲ ਧੰਨਵਾਦ ਆ ਸੋਹਣ ਲਾਲ ਰੱਤੂ ਜੀ ਤੁਹਾਡਾ ਕਿ ਤੁਸੀਂ ਸਾਰੇ ਆਪਣੇ ਪਰਿਵਾਰ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਮਿਸ਼ਨ ਦੇ ਨਾਲ ਤੇ ਤਥਾਗਤ ਭਗਵਾਨ ਬੁੱਧ ਦੇ ਧੰਮ ਦੇ ਨਾਲ ਜੋੜ ਕੇ ਗਏ ਹੋ। ਇਸੇ ਤਰ੍ਹਾਂ ਚਾਹੀਦਾ, ਮੈਂ ਕਰ ਚੱਲਿਆ ਤੁਸੀਂ ਕਰਦੇ ਰਹਿਣਾ, ਤੇ ਉਹ ਸਾਨੂੰ ਤੂੰ ਵੀ ਕਰਦਾ ਰਹੀ ਤੱਕ ਹੁੰਦਾ ਜਲਮ ਜਵਾਨੀ ਤੇ ਰੱਤੂ ਨਾ ਬੈਠਾ ਜਰਦਾ ਰਹੀ। ਕੁਝ ਤੇ ਸਾਥੀ ਜਿਉਂਦੇ ਛੱਡ ਗਏ ਤੇ ਕੁਝ ਨੇ ਛੱਡ ਗਿਆ ਮਰ ਕੇ, ਪਰ ਫਿਰ ਵੀ ਕਮੇਟੀ ਨੇ 55 ਸਾਲ
ਪੂਰੇ ਕਰ ਲਿਆ। 19 ਜੁਲਾਈ ਨੂੰ ਕਮੇਟੀ ਦੀ 55ਵੀਂ ਐਨੀਵਰਸਰੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ। ਅੱਜ ਉਹ ਕਮੇਟੀ ਹੈ ਜਿਸਦਾ ਨਾਮ ਸਿਰਫ ਇੰਗਲੈਂਡ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਆਪਣੇ ਕੀਤੇ ਹੋਏ ਸ਼ੁਭ ਕੰਮਾਂ ਕਰਕੇ ਜਾਣੀ ਜਾਂਦੀ ਹੈ। ਬਾਬਾ ਸਾਹਿਬ ਦਾ ਮਿਸ਼ਨ ਅਤੇ ਤਥਾਗਤ ਬੁੱਧ ਦੇ ਧੰਮ ਦਾ ਪ੍ਰਚਾਰ ਦੇ ਪ੍ਰਸਾਰ ਵਾਸਤੇ ਜਾਣੀ ਜਾਂਦੀ ਹੈ। ਕੋਈ ਕੋਟੀ ਕੋਟੀ ਪ੍ਰਣਾਮ ਹੈ ਉਹਨਾਂ ਮੈਂਬਰਾਂ ਨੂੰ ਜਿਨ੍ਹਾਂ ਨੇ ਇਸ ਕਮੇਟੀ ਨੂੰ ਸਥਾਪਿਤ ਕੀਤਾ। ਕੋਟੀ ਕੋਟੀ ਨਮਨ ਹੈ ਉਹਨਾਂ ਬਜ਼ੁਰਗਾਂ ਅਤੇ ਮਾਤਾਵਾਂ ਨੂੰ ਜਿਨ੍ਹਾਂ ਨੇ ਕਮੇਟੀ ਲਈ ਜੀਵਨ ਭਰ ਤਨ ਮਨ ਧਨ ਨਾਲ ਸਾਥ ਦਿੱਤਾ। ਧੰਨਵਾਦ ਕਰਦੇ ਹਾਂ ਉਹਨਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਕਮੇਟੀ ਦਾ ਹੁਣ ਤੱਕ ਤਨ ਮਨ ਧਨ ਨਾਲ ਸਾਥ ਦਿੱਤਾ। ਅਗਰ ਇਹ ਕਮੇਟੀ ਇਸ ਮੁਕਾਮ ਤੱਕ ਪਹੁੰਚੀ ਹੈ ਇਹ ਤੁਹਾਡੇ ਸਾਰੇ ਮੈਂਬਰਾਂ ਅਤੇ ਸਪੋਰਟਰਾਂ ਦੇ ਸਾਥ ਕਰਕੇ ਹੀ ਹੈ। ਬਿਲਕੁਲ ਸਹੀ। ਪਿਛਲੇ ਹਫ਼ਤੇ ਇਸ ਦੀ 55ਵੀਂ ਚੋਣ ਹੋਈ ਹੈ ਜਿਸ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੈ। ਇੱਥੇ ਧੰਨਵਾਦ ਕਰਦਾ ਜਾਵਾਂ ਬਹੁਤ ਹੀ ਸਤਿਕਾਰਯੋਗ ਅਤੇ ਕਮੇਟੀ ਦੇ ਸੀਨੀਅਰ ਮੈਂਬਰ ਮਿਸਟਰ ਸੁਰਿੰਦਰ ਚੱਲੀ ਜੀ ਦਾ ਜਿਨ੍ਹਾਂ ਦੀ ਚੇਅਰਮੈਨ ਸ਼ਪ ਥੱਲੇ ਕਮੇਟੀ ਦੀ 55ਵੀਂ ਐਗਜ਼ੈਕਟਿਵ ਅਤੇ ਅਹੁਦੇਦਾਰਾਂ ਦੀ ਚੋਣ ਹੋਈ ਜਿਨ੍ਹਾਂ ਨੇ ਆਪਣੇ ਚੇਅਰਮੈਨ ਸ਼ਪ ਦੀ ਡਿਊਟੀ ਬੜੀ ਹੀ ਬੇਖੂਬੀ ਨਿਭਾਈ। ਇਸ ਸਾਲ ਕਮੇਟੀ ਚੋਣ ਬਹੁਤ ਹੀ ਸ਼ਾਂਤੀਪੂਰਵਕ ਹੋਈ। ਇਹ ਇੱਕ ਫਿਰ ਚੱਲੀ ਜੀ ਦਾ ਬਹੁਤ ਬਹੁਤ ਇੱਕ ਵਾਰ ਫਿਰ ਚੱਲੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਮੇਟੀ ਦੀ ਚੋਣ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਤੋ ਸੁਮਨ ਜੀ ਜੀ, ਕਮੇਟੀ ਨੂੰ ਜੋ ਆਪਾਂ ਪਿਛਲੇ ਹਫ਼ਤੇ ਚੋਣ ਹੋਈ ਹੈ ਜੀ, ਇਹਦੇ ਨਾਲ ਹੀ ਸੁਮਨ ਜੀ, ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਕਦੋਂ ਬਣੀ ਅਤੇ ਕੌਣ ਕੌਣ ਇਸ ਦੇ ਮੈਂਬਰ ਹੋਏ ਹਨ ਅਤੇ ਜੋ ਪਿਛਲੇ ਹਫ਼ਤੇ ਪਿਛਲੇ ਸੰਡੇ ਚੋਣ ਹੋਈ ਹੈ ਜੀ, ਉਹਨਾਂ ਦਾ ਵੀ ਵੇਰਵਾ ਸਾਨੂੰ ਦਿਓ ਜੀ। ਥੈਂਕ ਯੂ ਕੌਲ ਸਾਹਿਬ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੋ ਕਮੇਟੀ ਦੀ 55ਵੀਂ ਵਰ੍ਹੇਗੰਢ 'ਤੇ ਲੱਖ ਲੱਖ ਵਧਾਈਆਂ ਅਤੇ ਨਾਲ ਹੀ ਨਾਲ ਕੋਟੀ ਕੋਟੀ ਨਮਨ ਉਹਨਾਂ ਸਾਰੇ ਫਾਊਂਡਰ ਮੈਂਬਰਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ ਅਤੇ ਉਹਨਾਂ ਸਭ ਮੈਂਬਰਾਂ ਨੂੰ ਕੋਟੀ ਕੋਟੀ ਪ੍ਰਣਾਮ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ, ਉਹਨਾਂ ਨੂੰ ਪ੍ਰਣਾਮ ਕਰਦਾ ਹਾਂ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਪੋਰਟਰ ਸਾਰੇ ਮੈਂਬਰਾਂ ਨੇ ਬੜੀ ਅਣਥੱਕ ਮਿਹਨਤ ਦੇ ਨਾਲ ਇਹ ਅਤੇ ਧੰਨਵਾਦ ਅਤੇ ਨਮਨ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਲੇਟ ਗੁਰਬਚਨ ਦਾਸ ਦਾਦਰਾ ਜੀ ਨੂੰ ਕਿ ਜਿਨ੍ਹਾਂ ਦੀ ਬਜ਼ੁਰਗਾਂ ਦੀ ਚੇਅਰਮੈਨਸ਼ਿਪ ਥੱਲੇ ਇਹ ਕਮੇਟੀ ਜਿਹੜੀ ਆ 19 ਜੁਲਾਈ 1969 ਨੂੰ ਸਥਾਪਿਤ ਕੀਤੀ ਗਈ ਅਤੇ ਉਹਨਾਂ ਦਾ ਵੀ ਧੰਨਵਾਦ ਅਤੇ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੰਦੇ ਹਨ ਕਿ ਉਹਨਾਂ ਦੀ ਇਹ ਕਮੇਟੀ ਨੂੰ ਅੱਜ ਫਲ ਲੱਗ ਰਿਹਾ ਹੈ। ਐਕਸਕਿਊਜ਼ ਮੀ, ਜਿੱਦਾਂ ਕਹਿੰਦੇ ਕਿ 9 ਮੈਂਬਰਸ ਸ਼ੁਰੂ ਕੀਤੀ ਸੀ, ਉਹਨਾਂ 9 ਮੈਂਬਰਾਂ ਦੇ ਨਾਂ ਲੈਣਾ ਮੈਂ ਜ਼ਰੂਰੀ ਬਹੁਤ ਜ਼ਰੂਰੀ ਸਮਝਾਂਗਾ। ਥੈਂਕ ਯੂ ਜੀ। ਸੋਹਣ, ਬਹੁਤ ਹੀ ਸਤਿਕਾਰਯੋਗ ਲੇਟ ਸੋਹਣ ਲਾਲ ਰੱਥੂ ਜੀ, ਸਤਿਕਾਰਯੋਗ ਤਰਸੇਮ ਲਾਲ ਚਾਹਲ ਜੀ, ਸਤਿਕਾਰਯੋਗ ਸੋਹਣ ਲਾਲ ਗਿੰਡਾ ਜੀ ਜੋ ਕਿ ਕਮੇਟੀ ਦੇ ਮੁੱਢਲੇ ਮੈਂਬਰ ਸਨ ਲੇਕਿਨ ਅੱਜ ਕੱਲ੍ਹ ਉਹ ਮੈਂਬਰ ਨਹੀਂ ਗਏ। ਹਾਂਜੀ।
ਇਸੇ ਕਰਕੇ ਮੈਂ ਕਿਹਾ ਬਹੁਤ ਹੀ ਸਤਿਕਾਰਯੋਗ ਲੇਟ ਚਮਨ ਲਾਲ ਰੰਧਾਵਾ, ਰੰਧਾਵਾ ਉਹਨਾਂ ਦਾ ਬੜਾ ਸਾਥ ਰਿਹਾ, ਬੜੀ ਸਪੋਰਟ ਰਹੀ ਆ, ਨਿਧੜਕ ਮੈਂਬਰ ਸੀ। ਅਤੇ ਨਾਲ ਹੀ ਤੁਹਾਡਾ ਧੰਨਵਾਦ ਜੀ, ਸਤਿਕਾਰਯੋਗ ਤਰਸੇਮ ਲਾਲ ਕੌਲ ਜੀ। ਅਸੀਂ ਵੀ ਕਰ ਜਾਣਾ। ਹਾਂਜੀ ਹਾਂਜੀ। ਅਤੇ ਸਤਿਕਾਰਯੋਗ ਸਾਡੇ ਜਗਦੀਸ਼ ਰਾਜ ਦਾਦਰਾ ਜੀ, ਜੋ ਕਿ ਅੱਜ ਸਾਡੇ ਵਿੱਚ ਬਿਰਾਜਮਾਨ ਹਨ, ਅਤੇ ਸਾਡੇ ਸਤਿਕਾਰਯੋਗ ਮਿੰਦਰ ਰਾਮ ਬੱਧਨ ਜੀ, ਜੋ ਕਿ ਅੱਜ ਕੱਲ੍ਹ ਕਮੇਟੀ ਦੇ ਵਿੱਚ ਨਹੀਂ ਨੇ, ਮਿੰਦਰ ਰੰਧਾਵਾ ਜੀ, ਉਹ ਸਤਿਕਾਰਯੋਗ ਹੈ ਸਾਡੇ। ਲੇਕਿਨ ਉਹਨਾਂ ਨੇ ਕਮੇਟੀ ਉਦੋਂ ਹੀ ਕਮੇਟੀ ਤੋਂ ਵੱਖਰੇ ਹੋ ਗਏ ਸਨ। ਅਤੇ ਹਰਵੰਸ਼ ਲਾਲ ਸਤਿਕਾਰਯੋਗ ਔਰ ਹਰਵੰਸ਼ ਲਾਲ ਚੰਦੜ ਜੀ, ਉਹ ਵੀ ਉਦੋਂ ਮਤਲਬ ਜਦੋਂ ਮਤਲਬ ਅਸੀਂ ਸੀਗੇ, ਬਾਬਾ ਸਾਹਿਬ ਦਾ ਮਿਸ਼ਨ ਅਗਰ ਫੋਲੋ ਕਰਨਾ ਹੈ ਤਾਂ ਫੁੱਲ ਸਾਰੇ ਦਾ, ਉਹਨਾਂ ਦਾ ਰਾਜਨੀਤਿਕ, ਸੋਸ਼ਲ, ਧਾਰਮਿਕ। ਤਾਂ ਲੇਕਿਨ ਧਾਰਮਿਕ ਉਹਨਾਂ ਨੂੰ ਪਸੰਦ ਨਹੀਂ ਆਇਆ ਅਤੇ ਉਹ ਉਦੋਂ ਵੱਖਰੇ ਹੋ ਗਏ ਸੀ। ਅਤੇ ਲੇਕਿਨ ਜਿੰਨੇ ਬਾਕੀ ਮੈਂਬਰ ਆ ਉਹਨਾਂ ਦੀ ਬੜੀ ਅਣਥੱਕ ਮਿਹਨਤ, ਫਿਰ ਵੀ ਅਸੀਂ ਸਤਿਕਾਰ ਕਰਦੇ, ਬਿਲਕੁਲ ਬਿਲਕੁਲ ਉਹਨਾਂ ਦਾ ਸਤਿਕਾਰ ਆ, ਉਹ ਸਾਡੇ ਸਤਿਕਾਰਯੋਗ ਨੇ। ਤਾਂ ਫਿਰ ਵੀ ਇਹਨਾਂ ਮੈਂਬਰਾਂ ਨੇ ਉਦੋਂ ਇੱਕ ਇੱਕ ਕਮੇਟੀ ਦੇ ਬੜਾ ਮਤਲਬ ਸਖ਼ਤ ਮਿਹਨਤਾਂ ਕੀਤੀਆਂ। ਉਹਦੇ ਨਾਲ ਇੱਥੇ ਮੈਂ ਜ਼ਰੂਰ ਦੱਸਦਾ ਜਾਵਾਂ ਕਿ ਹੁਣ ਸਾਡੇ ਕੋਲ ਸਿਰਫ ਤੁਸੀਂ ਤਰਸੇਮ ਲਾਲ ਕੌਲ ਜੀ ਅਤੇ ਜਗਦੀਸ਼ ਰਾਏ ਦਾਦਰਾ ਜੀ ਸਾਡੇ ਕਮੇਟੀ ਦੇ ਮੈਂਬਰ ਨੇ। ਲੇਕਿਨ ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਕਰਦਾ ਕਿ ਤਥਾਗਤ ਬੁੱਧ ਧੰਮ ਸੰਘ ਦੀ ਅਨੁਕੰਪਾ ਦੇ ਨਾਲ ਤੁਸੀਂ ਸੁਖੀ ਅਤੇ ਨਿਰੋਗੀ ਰਹੋ। ਇਸੇ ਤਰ੍ਹਾਂ ਅਸੀਂ ਇਹ ਜੋ ਤਥਾਗਤ ਭਗਵਾਨ ਬੁੱਧ ਦਾ ਜੋ ਧੰਮ ਹੈ ਅਤੇ ਬਾਬਾ ਸਾਹਿਬ ਦਾ ਮਿਸ਼ਨ ਹੈ, ਇਹਨੂੰ ਅੱਗੇ ਤੋਂ ਅੱਗੇ ਲੈ ਕੇ ਜਾਣਾ। ਦੇਖੋ ਉਦੋਂ 9 ਮੈਂਬਰਾਂ ਨੇ ਸ਼ੁਰੂ ਕੀਤਾ, ਤਾਂ ਕਿਸੇ ਅੱਜ ਮਤਲਬ ਅੱਜ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੁਨੀਆ ਵਿੱਚ ਜਾਣੀ ਜਾਂਦੀ ਹੈ, ਔਰ ਬੋਵਹੈਂਪਟਨ ਸਿਟੀ ਦੇ ਵਿੱਚ ਇੱਕ ਕਮਿਊਨਿਟੀ ਦੇ ਤੌਰ 'ਤੇ ਹੁਣ ਜਾਣੀ ਜਾਂਦੀ ਹੈ। ਮਤਲਬ ਇੰਨੇ ਮੈਂਬਰ, ਸਾਡੀ ਇੱਕ ਕਮਿਊਨਿਟੀ ਬਣ ਗਈ ਹੈ। ਦੇ ਰੈਕੋਗਨਾਈਜ਼ ਅਸ ਦ ਬੁੱਧਿਸਟ ਕਮਿਊਨਿਟੀ ਇਨ ਬੋਵਹੈਂਪਟਨ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦਾ ਨਾਂ ਆ, ਲੇਕਿਨ ਸ਼ੁਰੂ ਹੋਏ ਸੀ 9 ਮੈਂਬਰਾਂ ਤੋਂ। ਅੱਜ ਇੱਕ ਸਮਾਜ ਬਣਿਆ, ਜਿੱਦਾਂ ਕਿਸੇ ਨੇ ਬਹੁਤ ਸੋਹਣਾ ਲਿਖਿਆ ਆ ਕਿ ਮੈਨੂੰ ਹੁਣ ਆ ਗਿਆ ਕਿ ਹਾਂਜੀ ਕੋਈ ਨਹੀਂ, ਕਿ 9 ਮੈਂਬਰ ਸੀਗੇ ਅਤੇ ਲੇਕਿਨ ਅੱਜ ਸਾਡੇ ਕੋਲ ਇੱਕ ਪੂਰਾ ਸਮਾਜ ਹੈ। ਤਾਂ ਕੀ ਕਹਿੰਦੇ, ਅਕੇਲੇ ਹੀ ਚਲੇ ਤੇ ਜਾਨਵੇ ਮੰਜ਼ਿਲ, ਹਾਂਜੀ ਲੋਕ ਮਿਲਤੇ ਗਏ ਕਾਰਵਾਂ ਬਣਤਾ ਗਿਆ। ਅਤੇ ਇਹ ਜਿਹੜੀਆਂ ਮਿਹਨਤਾਂ ਆ ਇਹ ਤੁਹਾਡੇ ਸਾਰੇ ਮੈਂਬਰਾਂ ਦੀਆਂ, ਸਪੋਰਟਰਾਂ ਦੀਆਂ, ਸਾਡੇ ਬਜ਼ੁਰਗਾਂ ਦੀਆਂ, ਮਾਤਾਵਾਂ ਦੀਆਂ, ਭੈਣਾਂ ਦੀਆਂ, ਇਸ ਕਰਕੇ ਅੱਜ ਕਮੇਟੀ ਇਸ ਮੁਕਾਮ 'ਤੇ ਹੈ। ਭਿਖੂ ਸੰਘ ਦਾ ਵੀ, ਅਤੇ ਭਿਖੂ ਸੰਘ ਦੀ ਅਨੁਕੰਪਾ ਦੇ ਨਾਲ, ਅਤੇ ਤਾਂ ਹੀ ਕਿਸੇ ਨੇ ਲਿਖਿਆ ਹੈ, ਜੂ ਹੀ ਨਹੀਂ ਮਿਲ ਜਾਤੀ ਰਾਹੀ ਕੋ ਮੰਜ਼ਿਲ, ਦਿਲ ਮੇ ਇੱਕ ਜਨੂਨ ਸਾ ਜਗਾਨਾ ਪੜਤਾ ਹੈ। ਕਿਉਂਕਿ ਇਹ ਜਨੂਨ ਸੀ ਇਹਨਾਂ ਮੈਂਬਰਾਂ ਦੇ ਵਿੱਚ, ਘਰ ਘਰ ਮਿਸ਼ਨ ਪਹੁੰਚਾਉਣ ਦਾ, ਦਿਲ ਮੇ ਇੱਕ ਜਨੂਨ ਸਾ ਜਗਾਨਾ ਪੜਤਾ ਹੈ, ਚਿੜੀਆ ਕੋ ਪੂਛਾ ਕੈਸੇ ਬਣਾ ਤੇਰਾ ਅਸ਼ਿਆਨਾ, ਚਿੜੀਆ ਕੋ ਪੂਛਾ ਕੈਸੇ ਬਣਾ ਤੇਰਾ ਅਸ਼ਿਆਨਾ, ਤੋ ਬੋਲੀ ਬਣਨੀ ਪੜਤੀ ਹੈ ਉਡਾਨ ਬਾਰ ਬਾਰ, ਤਿਨਕਾ ਤਿਨਕਾ ਅਠਾਨਾ ਪੜਤਾ ਹੈ। ਇਹ ਕਮੇਟੀ ਨੇ ਬੜੇ ਸਖ਼ਤ ਮਿਹਨਤਾਂ ਕਰਕੇ ਤਾਂ ਇਸ ਇੱਥੇ ਇਸ ਮੁਕਾਮ ਤੱਕ ਪਹੁੰਚੀ ਹੈ। ਤਾਂ ਕਿਉਂਕਿ ਇਹਨਾਂ ਨੇ ਸੰਕਲਪ ਲਿਆ ਸੀ, ਸਾਡਾ ਸੰਕਲਪ ਆ ਕਿ ਜਿੰਨਾ ਚਿਕਰ ਜ਼ਿੰਦਗੀ ਆ ਉਹ ਬਾਬਾ ਸਾਹਿਬ ਦੇ ਮਿਸ਼ਨ 'ਤੇ ਲਾਵਾਂਗੇ, ਅਤੇ ਲਾ ਰਹੇ ਹਾਂ, ਅਤੇ ਇਹ ਅਸੀਂ ਜਿੱਤਾਂਗੇ ਜ਼ਰੂਰ।
ਚੀਰ ਦਿੰਦੇ ਆ ਪਹਾੜ ਜੀ ਹੁੰਦਾ ਜਿਨ੍ਹਾਂ ਨੂੰ ਜਨੂਨ ਨਹੀਂ ਮਿਲਦਾ ਸਕੂਨ ਰਹਿ ਕੇ ਮੰਜ਼ਿਲਾਂ ਤੋਂ ਦੂਰ ਅਸੀਂ ਜਿੱਤਾਂਗੇ ਜ਼ਰੂਰ ਬਣਾ ਕੇ ਹੌਸਲੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਹੌਸਲੇ ਬੁਲੰਦ ਰੱਖਿਓ ਬੁਲੰਦ ਰੱਖਿਓ ਬਹੁਤ ਬਹੁਤ ਵਧਾਈਆਂ ਅਗੇਨ ਅਤੇ ਆ ਜਿਹੜੀ ਚੋਣ ਹੋਈ ਆ ਜੀ ਜੀ ਪੰਜਵੀਂ ਅਤੇ ਦੇਖੋ ਇਹ ਦਿਨ ਬਹੁਤ ਸੋਹਣਾ ਸੀ ਤਥਾਗਤ ਭਗਵਾਨ ਬੁੱਧ ਨੇ ਜੋ ਪਹਿਲਾ ਧੰਮ ਦਾ ਸੰਦੇਸ਼ ਉਹਨਾਂ ਪੰਜ ਭਿੱਖੂਆਂ ਨੂੰ ਦਿੱਤਾ ਸੀ ਉਸੇ ਦਿਨ ਹੀ ਕਮੇਟੀ ਦੀ 55ਵੀਂ ਚੋਣ ਹੋਈ ਫੁੱਲ ਮੂਨ ਡੇ ਵੀ ਸੀ ਅਤੇ ਉੱਦਣ ਫੁੱਲ ਮੂਨ ਡੇ ਸੀ ਅਸਾਰ ਪੂਰਨਿਮਾ ਦੇ ਵਿੱਚ ਤਾਂ ਇਹਦਾ ਹੈ ਕਿ ਜਿਸ ਤਰ੍ਹਾਂ ਕਿ ਪੰਜਾਂ ਭਿੱਖੂਆਂ ਤੋਂ ਲੈ ਕੇ ਦੇਖੋ ਵੱਡਾ ਵਿਸ਼ਾਲ ਸੰਘ ਬਣਿਆ ਇਸੇ ਤਰ੍ਹਾਂ ਕਮੇਟੀ ਨੌਵਾਂ ਮੈਂਬਰਾਂ ਤੋਂ ਲੈ ਕੇ ਅੱਜ ਇੱਕ ਸਮਾਜ ਬਣਿਆ ਅਤੇ ਬਹੁਤ ਬਹੁਤ ਵਧਾਈਆਂ ਅਤੇ ਉਹਦੇ 'ਚ ਮੈਂ ਧੰਨਵਾਦ ਕਰਦਾ ਜਾਵਾਂ ਸਾਡੇ ਸਤਿਕਾਰ ਜੋ ਸੀਨੀਅਰ ਮੈਂਬਰ ਜੀ ਅਤੇ ਮਾਨਯੋਗ ਸੁਰਿੰਦਰ ਝੱਲੀ ਜੀ ਦਾ ਜਿਨ੍ਹਾਂ ਦੀ ਚੇਅਰਮੈਨਸ਼ਿਪ ਥੱਲੇ ਕਮੇਟੀ ਬਹੁਤ ਹੀ ਸ਼ਾਂਤਪੂਰਵਕ ਤਰੀਕੇ ਨਾਲ ਕਮੇਟੀ ਦੀ ਚੋਣ ਹੋਈ ਅਤੇ ਬਹੁਤ ਬਹੁਤ ਧੰਨਵਾਦ ਅਤੇ ਜਿਹੜੇ ਉਹਨਾਂ ਦੇ ਪਦ ਅਧਿਕਾਰੀ ਆ ਅਤੇ ਮੈਂ ਉਹਨਾਂ ਦੇ ਨਾਂ ਤੁਹਾਡੇ ਸਾਹਮਣੇ ਉਹਨਾਂ ਦੇ ਦੱਸਾਂਗਾ ਸੁਮਨ ਜੀ ਮੈਂ ਝੱਲੀ ਜੀ ਨੂੰ ਬੇਨਤੀ ਕਰਦਾ ਵੀ ਅਗਲੇ ਸਾਲ ਵੀ ਤਿਆਰ ਰਹਿਣ ਕਿਉਂਕਿ ਸਾਨੂੰ ਮਤਲਬ ਸੀਨੀਅਰ ਮੈਂਬਰਾਂ ਦੀ ਜ਼ਰੂਰਤ ਹੈ ਤਥਾਗਤ ਦੀ ਬੁੱਧ ਦੀ ਬਾਣੀ ਦੇ ਵਿੱਚ ਵੀ ਲਿਖਿਆ ਆ ਪੰਡਤਾ ਨੱਚ ਸੇਵਨਾ ਇਹ ਤੰਗ ਮੰਗਲ ਕਿ ਪੜ੍ਹੇ ਲਿਖੇ ਸਿਆਣਿਆਂ ਦੀ ਸੰਗਤ ਕਰਨਾ ਜਿਹੜਾ ਆ ਇਹ ਬਹੁਤ ਹੀ ਮੰਗਲਕਾਰੀ ਆ ਅਤੇ ਇਸ ਮੈਂ ਧੰਨਵਾਦ ਅਤੇ ਵਧਾਈ ਦੇਵਾਂ ਜਾਵਾਂ ਸਾਡੀ ਭੈਣ ਰੇਖਾ ਪੌਲ ਜੀ ਆਸ਼ੂਮਤੀ ਰੇਖਾ ਪੌਲ ਜੀ ਤੀਸਰੀ ਵਾਰ ਪ੍ਰਧਾਨ ਚੁਣੇ ਗਏ ਨੇ ਅਤੇ ਵਾਈਸ ਪ੍ਰਧਾਨ ਸਾਡੇ ਆਯੁਸ਼ਮਾਨ ਤਰਸੇਮ ਕੌਲ ਜੀ ਜਨਰਲ ਸੈਕਟਰੀ ਸਾਡੇ ਬਹੁਤ ਹੀ ਪਿਆਰੇ ਮਿਸਟਰ ਮਲਿੰਦ ਕੌਲ ਜੀ ਅਸਿਸਟੈਂਟ ਸੈਕਟਰੀ ਮਿਸਿਸ ਸੁਮਨ ਕੌਲ ਜੀ ਅਤੇ ਸੈਕਿੰਡ ਅਸਿਸਟੈਂਟ ਸੈਕਟਰੀ ਮਿਸ ਸੰਗੀਤਾ ਸੁਮਨ ਚੁਣੇ ਗਏ ਨੇ ਕੈਸ਼ੀਅਰ ਸਾਡੇ ਬਹੁਤ ਹੀ ਸਤਿਕਾਰਯੋਗ ਮਿਸਟਰ ਮੁਲਕਰਾਜ ਬੱਦਨ ਜੀ ਚੁਣੇ ਗਏ ਨੇ ਅਤੇ ਅਸਿਸਟੈਂਟ ਕੈਸ਼ੀਅਰ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਮੈਂਬਰ ਰਾਜ ਕੁਮਾਰ ਪੌਲ ਜੀ ਚੁਣੇ ਨੇ ਪਬਲਿਸਿਟੀ ਸੈਕਟਰੀ ਇੱਕ ਨਵਾਂ ਮੈਂਬਰ ਸਾਡੇ ਨਾਲ ਜੁੜੇ ਆ ਅਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਮਿਸਟਰ ਸੁਰੇਸ਼ ਮਾਨਵਰ ਜੋ ਕਿ ਗੁਜਰਾਤ ਤੋਂ ਨੇ ਜੀ ਕਿ ਤਥਾਗਤ ਭਗਵਾਨ ਬੁੱਧ ਦਾ ਜੋ ਧੰਮ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਮਿਸ਼ਨ ਹੈ ਜੀ ਉਹ ਇਕੱਲਾ ਸਿਰ ਪੰਜਾਬ ਹੀ ਨਹੀਂ ਸਾਰੇ ਦੁਨੀਆਂ ਦਾ ਹੈ ਸਾਰੇ ਭਾਰਤ ਦਾ ਹੈ ਜੀ ਜੀ ਤੇ ਇਹ ਸਾਡੇ ਗੁਜਰਾਤ ਤੋਂ ਨੇ ਤੇ ਅਸਿਸਟੈਂਟ ਪਬਲਿਸਿਟੀ ਸੈਕਟਰੀ ਮਿਸਟਰ ਲੇਖ ਰਾਜ ਜੱਖੂ ਜੀ ਲਾਇਬ੍ਰੇਰੀਅਨ ਮਿਸਟਰ ਰਮੇਸ਼ ਨਾਲ ਰਮੇਸ਼ ਜੱਸਲ ਜੀ ਤੇ ਜਿਹੜੇ ਅਸਿਸਟੈਂਟ ਲਾਇਬ੍ਰੇਰੀਅਨ ਰਾਹੁਲ ਚੌਹਾਨ ਜੀ ਤੇ ਸਾਡੇ ਛੋਟੇ ਕੋਟੀ ਨਮਨ ਕਰਦੇ ਹਾਂ ਮਦਨ ਚੌਹਾਨ ਜੀ ਨੂੰ ਉਹਨਾਂ ਨੂੰ ਵੀ ਯਾਦ ਕਰਦੇ ਕਿ ਉਹਨਾਂ ਨੂੰ ਵੀ ਅੱਜ ਯਾਦ ਕਰਦੇ ਹਾਂ ਕਿ ਉਹ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਦੇ 8 ਮੈਂਬਰਾਂ ਦੇ ਨਾਲ ਕਮੇਟੀ ਨੂੰ 8 ਮੈਂਬਰ ਦੇ ਗਏ ਨੇ ਤੇ ਬਹੁਤ ਬਹੁਤ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਮਦਨ ਲਾਲ ਚੌਹਾਨ ਜੀ ਨੂੰ ਤੇ ਉਹਦੇ ਨਾਲ ਹੀ ਅਸਿਸਟੈਂਟ ਲਾਇਬ੍ਰੇਰੀ ਜਿੱਦਾਂ ਮੈਂ ਦੱਸਿਆ ਕਿ ਮਿਸਟਰ ਰਾਹੁਲ ਚੌਹਾਨ ਜੀ ਤੇ ਬੁੱਧਾ ਬਿਹਾਰਾ ਦੇ ਸਟੇਟ ਸੈਕਟਰੀ ਕਿ ਸਾਡੇ ਸੀਨੀਅਰ ਮੈਂਬਰ ਨੇ ਫਾਊਂਡਰ ਮੈਂਬਰ ਨੇ ਮਿਸਟਰ ਜਗਦੀਸ਼ ਰਾਜ ਦਾਦਰਾ ਜੀ ਅਤੇ ਉਹਦੇ ਨਾਲ ਮੇਨਟੇਨੈਂਸ ਸੈਕਟਰੀ ਬੁੱਧਾ ਵਿਹਾਰਾ ਦੇ ਅਤੇ ਕਮਿਊਨਿਟੀ ਸੈਂਟਰ ਦੇ ਮਿਸਟਰ ਸੁਖਦੇਵ ਕੁਮਾਰ ਸੁਮਨ ਜੀ ਅਤੇ ਉਹਦੇ ਅਸਿਸਟੈਂਟ ਜਿਹੜੇ ਸਾਡੇ ਸਤਿਕਾਰਯੋਗ ਮਿਸਟਰ ਹਰਬਲਾਸ ਬੰਗੜ ਜੀ ਆਈ ਟੀ ਸਪੋਰਟ ਕੋਟੀ ਕੋਟੀ ਧੰਨਵਾਦ ਆ
ਸਾਡੇ ਮਿਸਟਰ ਗੌਤਮ ਰੱਤੂ ਜੀ ਦਾ ਇਕੱਲਾ ਉਹ ਹੀ ਨਹੀਂ, ਆਹ ਜਿਹੜਾ ਲੋਟਸ ਟੀਵੀ ਦਾ ਜਿਹੜਾ ਸਾਰਾ ਹੀ ਮਤਲਬ ਮੇਨਟੇਨੈਂਸ ਆ, ਇਹਦਾ ਸਾਰਾ ਇੱਕ ਪ੍ਰੋਗਰਾਮ ਆ ਉਹ ਉਹ ਕਰਦੇ ਨੇ, ਅਤੇ ਉਹਦੇ ਨਾਲ ਉਹਨਾਂ ਦਾ ਅਸਿਸਟੈਂਟ ਜਿਹੜੇ ਆ, ਅਤੇ ਕੋਟੀ ਕੋਟੀ ਨਮਨ ਸਾਡੇ ਲੇਟ ਸਤਿਕਾਰਯੋਗ ਮਿਸਟਰ ਮੂਰਤੀ ਮੱਲ ਜੀ ਨੂੰ, ਉਹ ਜਾਂਦੇ ਜਾਂਦੇ ਆਪਣਾ ਗ੍ਰੈਂਡ ਚਾਇਲਡ ਜਿਹੜਾ ਆ ਮਿਸਟਰ ਰਾਇਨ ਮੱਲ, ਉਹ ਸਾਡੇ ਮੈਂਬਰ ਬਣੇ ਨੇ ਅਤੇ ਉਹ ਸਾਡੇ ਆਈ ਟੀ ਦੇ ਅਸਿਸਟੈਂਟ ਸਪੋਰਟਰ ਹੋਣਗੇ, ਅਤੇ ਉਹਦੇ ਨਾਲ ਉਹਨਾਂ ਦੇ ਬੇਟੇ ਮਿਸਟਰ ਗਣਰਾਜ ਮੱਲ ਜੀ, ਅਤੇ ਉਹਦੇ ਨਾਲ ਸਾਡੇ ਬੱਚੇ ਅੱਜ ਐਤਕੀ ਮਤਲਬ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਜਿਹੜੇ ਯੰਗਸਟਰ ਆ ਉਹ ਆਉਣ ਅਤੇ ਆ ਕੰਮ ਕਰਨ ਅਤੇ ਅਸੀਂ ਮਤਲਬ ਉਹਨਾਂ ਦੀ ਨਾਲ ਅਸੀਂ ਉਹਨਾਂ ਦੇ ਕਿੱਦਾਂ ਕਹਿੰਦੇ ਹੁੰਦੇ ਕਿ ਇਹ ਗੱਡਾ ਜਿਹੜਾ ਆ ਉਹ ਹੁਣ ਉਹ ਖਿੱਚਣ ਅਤੇ ਜਿੱਥੇ ਆਉਣ ਅਤੇ ਅਸੀਂ ਉਹਨਾਂ ਦਾ ਧੱਕਾ ਲਾ ਕੇ ਬੰਦੇ ਨੂੰ ਗਾਂਹ ਲੈ ਕੇ ਜਾਈਏ, ਇਸ ਕਾਰਵਾਂ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣਾ। ਅਤੇ ਸਾਡੇ ਬਹੁਤ ਹੀ ਯੰਗ ਮੈਂਬਰ ਜਿਹੜੇ ਮਿਸਟਰ ਦਨਿਤ ਕੌਲ ਜੀ, ਤੁਹਾਡੇ ਪੋਤਾ ਸਾਹਿਬ, ਉਹ ਮੈਂਬਰ ਆ, ਅਤੇ ਕਿਚਨ ਮੈਨੇਜਮੈਂਟ ਕੋਟੀ ਕੋਟੀ ਧੰਨਵਾਦ ਆ ਸਾਰੀਆਂ ਸਾਰੀਆਂ ਭੈਣਾਂ ਦਾ, ਅਤੇ ਜਿਹੜੀ ਕਿਚਨ ਦੀ ਜਿਹੜੀ ਮੈਨੇਜਮੈਂਟ ਆ ਸਾਰੀਆਂ ਰਲ ਮਿਲ ਕੇ ਇਹ ਚਲਾਉਂਦੀਆਂ ਨੇ, ਅਤੇ ਉਹ ਉਹਨਾਂ ਦੇ ਕਿਚਨ ਮੈਨੇਜਮੈਂਟ ਦੇ ਸਾਡੇ ਭੈਣ ਜੀ ਮਿਸਿਜ ਸੱਤਿਆ ਸੱਲਨ ਜੀ, ਮਿਸੀ ਗੁਰਦੇਵ ਕੌਲ ਜੀ ਅਤੇ ਮਿਸਿਜ ਸ਼ੀਲਾ ਰੱਤੂ ਜੀ, ਥੈਂਕ ਯੂ। ਅਤੇ ਉਹਦੇ ਨਾਲ ਜਿਹੜੀ ਮੇਰੀ ਡਿਊਟੀ ਹੈ ਉਹ ਰਿਲੀਜੀਅਸ ਡਿਊਟੀ ਜਿਹੜੀਆਂ ਆ ਉਹ ਦੇਵ ਸੁਮਨ ਨੂੰ ਦਿੱਤੀਆਂ ਗਈਆਂ, ਅਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਅਤੇ ਸਾਰਿਆਂ ਨੂੰ ਕਮੇਟੀ ਦੀ 55ਵੀਂ ਜਨਮ ਦਿਨ 'ਤੇ ਲੱਖ ਲੱਖ ਵਧਾਈਆਂ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ। ਜਿਵੇਂ ਤੁਸੀਂ ਬਹੁਤ ਅੱਛੀ ਤਰ੍ਹਾਂ ਦੱਸਦਾ, ਪਿਛਲੇ ਸਾਲ ਪਿਛਲੇ ਹਫ਼ਤੇ ਮੈਤੋਂ ਜਲਦੀ ਜਲਦੀ ਵਿੱਚ ਕੁਝ ਦੱਸ ਹੋਇਆ ਸੀ, ਤਾਂ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਆਪਾਂ ਸੁਮੋ ਜੀ ਕਮੇਟੀ ਨੂੰ ਵੱਲ ਫਿਰ ਆਉਂਦੇ ਹਾਂ, ਇਹਨਾਂ ਦੇ ਪਹਿਲਾਂ ਏਮ ਐਂਡ ਆਬਜੈਕਟ ਕੀ ਸੀਗੇ ਜੀ? ਬਹੁਤ ਹੀ ਸੋਹਣਾ ਸਵਾਲ ਪੁੱਛਿਆ, ਕਿਉਂਕਿ ਇਹ ਜਿਹੜਾ ਬੂਟਾ ਲਾਇਆ ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਜੀ, ਕਿਉਂਕਿ ਬਾਬਾ ਸਾਹਿਬ ਦਾ ਮਿਸ਼ਨ ਜਿਹੜਾ ਆ ਜੀ ਜੀ, ਅਗਰ ਕਮੇਟੀ ਦੁਨੀਆ ਤੋਂ ਬਾਹਰ ਅਗਰ ਕਮੇਟੀ ਅਗਰ ਦੇਖਿਆ ਜਾਵੇ ਤਾਂ ਇਹ ਪਹਿਲੀ ਕਮੇਟੀ ਡਾਕਟਰ, ਉਸ ਥੋੜ੍ਹੇ ਬਹੁਤ ਛੋਟੀਆਂ ਕਮੇਟੀਆਂ ਬਣੀਆਂ ਲੇਕਿਨ ਦਿਸ ਇਜ਼ ਦਾ ਵਨ ਦ ਫਸਟ ਐਵਰ ਕਮੇਟੀ ਹੈਵ ਬੀਨ ਐਸਟੈਬਲਿਸ਼ਡ ਆਊਟਸਾਈਡ ਆਫ ਇੰਡੀਆ, ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ 19 July 1969। ਏਮ ਆਬਜੈਕਟ ਜਿਹੜਾ ਆ ਆਹ ਜਿਹੜਾ ਗਾਣਾ ਸੁਣ ਕੇ ਹਟੇ ਆ, ਭੀਮ ਜੀ ਤੇਰਾ ਘਰ ਘਰ ਮਿਸ਼ਨ ਮਚਾਵਾਂਗੇ, ਉਹਨਾਂ ਦਾ ਏਮ ਸੀਗਾ ਕਿ ਜਿਹੜਾ ਐਜੂਕੇਟ ਐਜੀਟੇਟ ਔਰਗੇਨਾਈਜ਼, ਤਾਂ ਇਹ ਕਮੇਟੀ ਔਰਗੇਨਾਈਜ਼ ਹੋ ਕੇ ਐਜੀਟੇਟ ਕਰ ਰਹੀ, ਉਹ ਸਾਹਿਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜੋ ਸਾਹਿਤ ਸੀ ਉਹਨੂੰ ਉਪਲਬਧ ਕਰਾਉਣਾ, ਅਤੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇੱਕ ਜਿਹੜੀ ਉਹਨਾਂ ਦੀ ਮਤਲਬ ਇੱਥੇ ਮੈਂ ਜ਼ਰੂਰ ਮੈਂਸ਼ਨ ਕਰਾਂਗਾ ਕਿ ਜਿਸ ਤਰ੍ਹਾਂ ਆਮ ਕਿਹਾ ਜਾਂਦਾ ਹੈ ਕਿ ਬੰਦਾ ਜਿਹੜਾ ਇਨਸਾਨ ਮਰ ਜਾਂਦਾ ਆ ਲੇਕਿਨ ਉਹਦੇ ਵਿਚਾਰ ਨਹੀਂ ਮਰਦੇ, ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਕੋਟੀ ਨਮਨ, ਉਹਨਾਂ ਨੇ ਕਿਹਾ ਸੀ ਕਿ ਨਹੀਂ ਮੈਂ ਇਹਦੇ ਨਾਲ ਸਹਿਮਤ ਨਹੀਂ, ਇਨਸਾਨ ਵੀ ਮਰ ਜਾਂਦਾ ਆ ਉਹਦੇ ਵਿਚਾਰ ਵੀ ਮਰ ਜਾਂਦੇ ਆ, ਅਗਰ ਉਹਨਾਂ ਦੇ ਵਿਚਾਰਾਂ ਨੂੰ ਕੋਈ ਵਿਚਾਰਨ ਅਤੇ ਪ੍ਰਸਾਰਨ ਵਾਲਾ ਨਾ ਹੋਵੇ, ਜਿਸ ਤਰ੍ਹਾਂ ਇੱਕ ਪੌਦਾ ਆ ਉਹਨੂੰ ਨਾ ਪਾਣੀ ਦਿੱਤਾ ਜਾਵੇ ਤਾਂ ਪੌਦਾ ਮਰ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਗ੍ਰੇਟ ਪਰਸਨੈਲਿਟੀਜ਼ ਆ ਗ੍ਰੇਟ ਇਨਸਾਨ ਆ ਮਹਾਨ ਮਹਾਂਪੁਰਸ਼ ਹੈ, ਅਗਰ ਉਹਨਾਂ ਦੇ ਜਿਹੜੇ ਜਿਹੜੇ ਵਿਚਾਰ ਆ ਉਹਨਾਂ ਦਾ ਨੂੰ ਨਾ ਪ੍ਰਚਾਰਿਆ ਜਾਵੇ ਤਾਂ ਉਹ ਵੀ ਮਰ ਜਾਂਦੇ ਨੇ, ਤਾਂ ਜਿੱਦਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਨੂੰ ਆਪਣਾ ਜਿਹੜਾ ਸਾਰਾ ਇਤਿਹਾਸ ਆ ਜਿਹੜਾ ਉਹਨਾਂ ਦਾ ਉਹਦੇ ਵਿਚਾਰ ਆ ਉਹ ਕਲਮਬੱਧ ਕਰਕੇ 40 ਸਾਲਾਂ ਦੇ ਵਿੱਚ 40 ਤੋਂ ਜ਼ਿਆਦਾ ਕਿਤਾਬਾਂ ਸਾਨੂੰ ਦੇ ਕੇ ਗਏ, ਅਤੇ ਸਾਡਾ ਜਿਹੜਾ ਮਿਸ਼ਨ ਸੀਗਾ
ਕਿ ਉਸ ਖਜ਼ਾਨੇ ਨੂੰ ਬਹੁਜਨ ਤੱਕ ਪਹੁੰਚਾਉਣਾ, ਬਹੁਜਨ ਤੱਕ, ਲੋਕਾਂ ਤੱਕ, ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਸੀ, ਮੈਨੂੰ ਨਹੀਂ ਪਤਾ ਸੀ, ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਕਮੇਟੀ ਨੇ ਲੱਖਾਂ ਰੁਪਈਆਂ ਦੀਆਂ ਕਿਤਾਬਾਂ ਜਿਹੜੀਆਂ ਆ ਉਹ ਖਰੀਦ ਕੇ ਜੀ ਉਹਨਾਂ ਨੇ ਸਾਡੇ ਲੇਟ ਤਨਜੇ ਕੀਰ ਜੀ ਦੀ ਲਾਈਫ ਐਂਡ ਮਿਸ਼ਨ, ਲਾਈਫ ਐਂਡ ਮਿਸ਼ਨ, ਤੇ ਮਾਨਯੋਗ ਲਾਹੌਰੀ ਰਾਮ ਬਾਲੀ ਜੀ ਦੁਆਰਾ ਉਹਦੇ ਟ੍ਰਾਂਸਲੇਸ਼ਨ ਕੀਤੀ, ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜੀਵਨ ਤੇ ਮਿਸ਼ਨ, ਇਹ ਸਾਰੀਆਂ ਛਪਵਾ ਕੇ ਖਰੀਦ ਕੇ ਤਕਰੀਬਨ ਵਰਲਡ ਦੇ ਵਿੱਚ ਵੰਡੀਆਂ। ਇੰਗਲੈਂਡ ਦੇ ਵਿੱਚ ਜਿਹੜੀ ਅੰਗਰੇਜ਼ੀ ਦੀ ਕਿਤਾਬ ਆ ਉਹ ਹਰ ਇੱਕ ਲਾਇਬ੍ਰੇਰੀ ਦੇ ਵਿੱਚ ਰੱਖੀ ਗਈ, ਰੱਖੀ ਗਈ ਹਾਂਜੀ, ਤੇ ਉਹਦੇ ਨਾਲ ਹੀ ਨਾਲ ਹਾਂਜੀ ਬਾਕੀ ਦੇਸ਼ਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਵੀ ਕਿਤਾਬਾਂ। ਆਪਣੇ ਪ੍ਰੇਰਨਾ ਜਿਹੜੀ ਸਾਹਿਤ ਦੀ ਪਤਾ ਕਿੱਥੋਂ ਮਿਲੀ ਸੀ, ਬੁਰਹਮਟਨ ਦੀ ਜੋ ਸੈਂਟਰਲ ਲਾਇਬ੍ਰੇਰੀ ਹੈ ਨਾ ਜੀ ਜੀ, ਉੱਥੇ ਅਸੀਂ ਮੋਸਟਲੀ ਜਿਹੜੇ ਮੈਂਬਰ ਸੀ ਬੱਸਾਂ 'ਚ ਡਿਪੂ 'ਚ ਕੰਮ ਕਰਦੇ ਸੀ, ਅਤੇ ਸਾਨੂੰ ਆਉਂਦਿਆਂ ਜਾਂਦਿਆਂ ਨੂੰ ਰਾਹ ਵਿੱਚ ਸੀਗੀ ਅਤੇ ਸਾਡਾ ਟਾਈਮ ਹੁੰਦਾ ਸੀ 2-3 ਘੰਟੇ ਉੱਥੇ ਚਲੇ ਜਾਣਾ, ਅਤੇ ਉੱਥੋਂ ਕਿਤਾਬਾਂ ਦਾ ਉਸ ਵੇਲੇ ਨਾ ਤਾਂ ਰਿਕਾਰਡ ਹੁੰਦੇ ਸੀ, ਨਾ ਟੈਲੀਵਿਜ਼ਨ ਹੁੰਦੇ ਸੀ, ਨਾ ਰੇਡੀਓ ਹੁੰਦੇ ਸੀ, ਕੋਈ ਅਸ਼ਨ ਪ੍ਰੋਗਰਾਮ ਨਾ ਸੀ ਹੁੰਦੇ, ਤੋ ਆਪਣਾ ਮਨੋਰੰਜਨ ਕਰਨ ਲਈ ਦੋ ਹੀ ਚੀਜ਼ਾਂ ਸੀਗੀਆਂ, ਜਾਂ ਤਾਂ ਉੱਥੇ ਲਾਇਬ੍ਰੇਰੀ ਦੇ ਬੁੱਕਾਂ ਕਿਤਾਬਾਂ ਅਤੇ ਜਾਂ ਫਿਰ ਪੱਬ। ਹਾਂਜੀ, ਤੋ ਫਿਰ ਉੱਥੋਂ ਪ੍ਰੇਰ ਮਿਲੀ ਜੀ, ਇੱਥੋਂ ਉੱਥੇ ਹਰ ਇੱਕ ਛੋਟੇ ਮੋਟੇ ਰਾਈਟਰਾਂ ਦੀਆਂ ਕਿਤਾਬਾਂ, ਚਲੋ ਅਸੀਂ ਸਤਿਕਾਰ ਕਰਦੇ ਸਾਰੇ ਰਾਈਟਰਾਂ ਦਾ, ਪਰ ਐਡਾ ਵੱਡਾ ਜਿਹਨਾਂ ਨੇ 40 ਕਿਤਾਬਾਂ ਲਿਖ ਦਿੱਤੀਆਂ ਉਹਦਾ ਉਹਦੀ ਇੱਕ ਵੀ ਕਿਤਾਬ ਹੈ ਨਹੀਂ ਸੀ, ਇੱਥੋਂ ਪ੍ਰੇਰਨਾ ਸਾਨੂੰ ਮਿਲੀ ਸੀ। ਬਿਲਕੁਲ ਬਿਲਕੁਲ, ਕਿਉਂਕਿ ਇਹ ਹੈ ਕੋਈ ਨਾ ਕੋਈ ਟਰਨਿੰਗ ਪੁਆਇੰਟ ਹੁੰਦਾ ਹੈ ਜੀ ਜੀ ਜ਼ਿੰਦਗੀ ਦੇ ਵਿੱਚ, ਹੁਣ ਵੀ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਮਿਸ਼ਨ ਹੀ ਕੰਮ ਆਉਣਾ ਆ, ਇਹ ਸਾਡੇ ਲਈ ਇੱਕ ਟਰਨਿੰਗ ਪੁਆਇੰਟ ਆ। ਅਗਰ ਜਿਹੜੇ ਸਾਡੇ ਵੀਰ ਆ ਜੇ ਇਸ ਮਿਸ਼ਨ ਦੇ ਵਿੱਚ ਨਹੀਂ ਆਏ, ਮੈਂ ਬੇਨਤੀ ਕਰਾਂਗਾ ਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਮੈਂਬਰ ਬਣੋ, ਆਓ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਂ ਅੱਗੇ ਲਿਜਾ ਕੇ ਇੱਕ ਦਿਨ ਇੱਕ ਯੂਨਿਟੀ ਬਣਾ ਕੇ ਭਾਰਤ ਨੂੰ ਬੁੱਧਮਈ ਭਾਰਤ ਬਣਾਈਏ, ਇੱਕ ਧੰਮ ਰਾਜ ਸਥਾਪਿਤ ਕਰੀਏ। ਇੱਥੋਂ ਇਹ ਵੀ ਆ ਅਤੇ ਬਾਕੀ ਜਿਹੜੀਆਂ ਕਿਤਾਬਾਂ ਸੀ ਉਹਨਾਂ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਤਰਜਮਾ ਕਰਾ ਗਈਆਂ। ਹਾਂਜੀ ਹਾਂਜੀ, ਤੇ ਇਹ ਸਾਡਾ, ਦੇਖੋ ਬਾਬਾ ਸਾਹਿਬ ਨੇ ਜਿੰਨੀਆਂ ਵੀ ਲਿਖੀਆਂ ਜਾਂ ਤਾਂ ਮਰਾਠੀ 'ਚ ਲਿਖੀਆਂ ਜਾਂ ਇੰਗਲਿਸ਼ ਵਿੱਚ ਲਿਖਿਆ, ਮੇਨ ਇੰਗਲਿਸ਼ ਵਿੱਚ ਲਿਖੀਆਂ, ਅਤੇ ਆਪਾਂ ਉਹ ਪੰਜਾਬੀ ਵਿੱਚ ਟ੍ਰਾਂਸਲੇਟ ਕਰਾ ਕੇ ਤਾਂ ਬਣ ਗਿਆ ਨੇਸ਼ਨ ਆਫ ਕਾਸਟ, ਜਾਤ ਪਾਤ ਦਾ ਬਿਜਨਸ, ਜਿਹਨਾਂ ਨੂੰ ਅਜਮਾਨ ਅੱਜ ਇਹ ਜਿਹੜਾ ਜਾਤ ਪਾਤ ਦਾ ਨਾਮ ਹੈ ਇੱਕ ਇਨਕਲਾਬ ਲਿਆਉਣ ਵਾਲੀ ਚਿੰਗਾਰੀ ਆ, ਚਿੰਗਾਰੀ ਆ, ਜਿਹੜਾ ਇੱਕ ਵਾਰੀ ਉਹਨੂੰ ਪੜ੍ਹ ਲੈਂਦਾ ਆ ਤਾਂ ਉਹਦੇ ਵਿੱਚ ਇੱਕ ਬਦਲਾਅ ਆ ਜਾਂਦਾ ਹੈ। ਤੁਹਾਨੂੰ ਇਹ ਵੀ ਦੱਸਦੇ ਕਿ ਉਹਦਾ ਬੈਨ ਕੀਤੀ ਹੋਈ ਸੀ ਕਿਤਾਬ। ਹਾਂਜੀ ਹਾਂਜੀ, ਬਾਲੀ ਜੀ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਜਿਹਨਾਂ ਨੇ ਉਹ ਟ੍ਰਾਂਸਲੇਟ ਕਰਵਾ ਕੇ ਤਾਂ ਇਹਨੂੰ ਪ੍ਰਿੰਟ ਕਰਾਇਆ ਸੀ ਪੰਜਾਬੀ। ਅੱਛਾ ਜੀ, ਸੁਮਨ ਜੀ ਥੈਂਕ ਯੂ ਵੈਰੀ ਮੱਚ। ਚਲੋ ਆਪਾਂ ਹੁਣ ਆਉਂਦੇ ਹਾਂ ਲਿਟਰੇਚਰ ਤੋਂ ਗਾਹਾਂ, ਵੀ ਸੁਮਨ ਜੀ ਬਾਬਾ ਸਾਹਿਬ ਜੀ ਬਾਰੇ ਮਿਊਜ਼ਿਕ ਜਾਂ ਸੰਗੀਤ ਖੇਤਰ ਵਿੱਚ ਕਮੇਟੀ ਨੇ ਕੀ ਕੰਮ ਕੀਤਾ? ਬਹੁਤ ਬਹੁਤ ਸੋਹਣਾ, ਕੋਟੀ ਕੋਟੀ ਨਮਨ ਆ ਸਾਡੇ ਸੋਹਣ ਲਾਲ ਰੱਤੂ ਜੀ ਨੂੰ। ਹਾਂਜੀ, ਕਿ ਉਹਨਾਂ ਦੇ ਗਾਣੇ ਜਿਹੜੇ ਸੀਗੇ 1972 ਦੇ ਵਿੱਚ ਕਮੇਟੀ ਨੇ ਉਹ ਗਾਣਿਆਂ ਨੂੰ ਮਤਲਬ ਇੱਕ ਉਹਨਾਂ ਦੀ ਰਿਕਾਰਡਿੰਗ ਕਰਵਾ ਕੇ ਅਸ਼ੋਕਾ ਗਰੁੱਪ ਤੋਂ। ਹਾਂਜੀ ਹਾਂਜੀ, ਤਾਂ ਉਹ ਮਤਲਬ ਤਕਰੀਬਨ ਸਾਰੇ ਸੰਸਾਰ ਦੇ ਵਿੱਚ ਉਹ ਅੱਜ ਵੱਜ ਰਹੇ ਨੇ। ਹਾਂਜੀ ਹਾਂਜੀ, ਉਹਨਾਂ ਦਿਨਾਂ ਦੇ ਵਿੱਚ ਅੱਜ ਵੀ ਤੁਸੀਂ ਮਹਾਰਾਸ਼ਟਰ ਚਲੇ ਜਾਓ ਜਾਂ ਹੋਰ ਕਿਤੇ ਚਲੇ ਜਾਓ, ਬੰਬਸਬਸ ਦੀਆਂ ਸਟੇਜਾਂ 'ਤੇ ਚਲੇ ਜਾਓ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਸਟੇਜਾਂ 'ਤੇ ਚਲੇ ਜਾਓ, ਅਜੇ ਵੀ ਉਹ ਤਨ ਪੀਮਾ ਤਨ ਜਿਹੜੇ ਗਾਣੇ ਵੱਜ ਰਹੇ ਨੇ। ਤਾਂ ਇਹ ਬੜਾ ਮਾਰਕੇ ਦਾ ਕੰਮ ਸੀਗਾ, ਅਤੇ ਬਾਕੀ
ਸੋਹਣ ਲਾਲ ਸਹਿਜਲ ਜੀ ਦੇ ਗੀਤ ਸੀਗੇ ਉਹ ਕਵਿਤਾਵਾਂ ਆ ਬਾਅਦ ਚ ਆਏ ਉਹ ਬਾਅਦ ਦੇ ਵਿੱਚ ਆਏ ਪਰ ਆਪਾਂ ਉਹਨਾਂ ਨੂੰ ਛਪਾਈਆਂ ਆਪਾਂ ਛਪਾਈਆਂ ਆ ਤੇ ਉਹਨਾਂ ਨੂੰ ਫਿਰ ਉਹਨਾਂ ਦੀਆਂ DVD ਬਣਾ ਕੇ DVD ਬਣਵਾਈਆਂ ਉਹਨਾਂ ਦੀਆਂ ਉਹਨਾਂ ਨੂੰ ਕਹਿ ਕੇ ਆਪਾਂ ਬਾਬਾ ਸਾਹਿਬ ਤੇ ਤਥਾਗਤ ਭਗਵਾਨ ਬੁੱਧ ਤੇ ਗੁਰੂ ਦਾਸ ਜੀ ਤੇ ਵੀ ਹਾਂਜੀ ਤਿੰਨ ਉਹਨਾਂ ਦੇ ਛਪਾਏ ਸੀ ਬਿਲਕੁਲ ਕਵਿਤਾਵਾਂ ਜਿਹੜੀਆਂ ਸੋਹਣ ਲਾਲ ਸਹਿਜਲ ਜੀ ਦੀ ਹੈ ਗੁਰੂ ਰਵਿਦਾਸ ਜੀ ਦੇ ਉੱਤੇ ਕਵਿਤਾਵਾਂ ਜਿਹੜੀਆਂ ਬਾਬਾ ਸਾਹਿਬ ਜੀ ਨੇ ਐਜੂਕੇਸ਼ਨ ਨੂੰ ਪਹਿਲ ਦਿੱਤੀ ਸੀ ਕਮੇਟੀ ਨੇ ਇਸ ਐਜੂਕੇਸ਼ਨ ਬਾਰੇ ਕੀ ਕੀਤਾ ਬਿਲਕੁਲ ਕਿਉਂਕਿ ਬਾਬਾ ਇੱਕ ਲਾਈਵ ਕਾਲ ਆਈ ਹੈ ਜੀ 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 ਹੈਲੋ ਜੀ ਹੈਲੋ ਜੀ ਹੈਲੋ ਹਾਂਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ ਨਮੋ ਬੁੱਧਾ ਜੈਪ੍ਰੀਤ ਜੀ ਚੌਹਾਨ ਸਾਹਿਬ ਤੁਹਾਡਾ ਲੋਟਸ ਟੀਵੀ ਸਟੂਡੀਓ ਤੇ ਕਾਲ ਕਰਨ ਦਾ ਸਵਾਗਤ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਜਿਹੜਾ ਆਪ ਕਮੇਟੀ ਦੇ 55 ਸਾਲ ਦੇ ਇਤਿਹਾਸ ਬਾਰੇ ਜ਼ਿਕਰ ਕਰ ਰਹੇ ਹੋ ਇਹ ਬਹੁਤ ਸ਼ਲਾਘਾਯੋਗ ਹੈ ਥੈਂਕ ਯੂ ਜੀ ਥੈਂਕ ਯੂ ਔਰ ਮੈਨੂੰ ਇਸ ਤੇ ਬਹੁਤ ਬੜਾ ਮਾਣ ਆ ਮੈਂ ਜਦ ਕਮੇਟੀ ਦਾ ਪਹਿਲਾ ਸਾਲ ਸੀ ਜੀ ਕਿਉਂਕਿ ਉਸ ਵੇਲੇ ਜਿਹੜਾ 70 ਦੇ ਵਿੱਚ ਬਾਬਾ ਸਾਹਿਬ ਦਾ ਬਰਥ ਐਨੀਵਰਸਰੀ ਮਨਾਈ ਗਈ ਸੀ ਕਮੇਟੀ ਨੇ ਉਸੇ ਸਾਲ ਇੱਕ ਪ੍ਰੋਗਰਾਮ ਕੀਤਾ ਸੀ ਰੁਕਰੀ ਰੋਡ ਸਕੂਲ ਚ ਹਾਂਜੀ ਹਾਂਜੀ ਯਾਦ ਆ ਜੀ ਹਾਂਜੀ ਕਿਉਂਕਿ ਉਹਦੀ ਇਹ ਸੀ ਵੀ ਉਹਨੀ ਦਿਨੀ ਇੱਕ ਫ੍ਰੈਂਚ ਬੰਦੇ ਨੇ ਫਿਲਮ ਬਣਾਈ ਸੀ ਇੰਡੀਆ ਬਾਰੇ ਇੰਦਰਾ ਗਾਂਧੀ ਨੇ ਬਹੁਤ ਵਿਰੋਧ ਕੀਤਾ ਸੀ ਸਾਨੂੰ ਬਾਹਰ ਦੇ ਸਾਡੀ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਅਸੀਂ ਤਾਂ ਇਹਨਾਂ ਲੋਕਾਂ ਲਈ ਬਹੁਤ ਖੁਸ਼ ਕਰਦੇ ਹਾਂ ਬੈਨ ਵੀ ਕਰ ਦਿੱਤਾ ਸੀ ਉਸ ਮੌਕੇ ਤੇ BBC ਨੂੰ ਹਾਂਜੀ ਪਰ ਉੱਥੇ ਆਪਾਂ ਪ੍ਰਸਤਾਵ ਪਾਸ ਕੀਤਾ ਸੀ ਤੇ ਇੱਥੇ ਦੀਆਂ ਅਖਬਾਰਾਂ ਛਪਿਆ ਸੀ ਗਾਰਡੀਅਨ ਛਪਿਆ ਸੀ ਸਹੀ ਗੱਲ ਹੈ ਸਹੀ ਗੱਲ ਔਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਉਸ ਵੇਲੇ ਇੱਥੇ ਜਿਹੜੀਆਂ ਦੋ ਹੀ ਪੰਜਾਬੀ ਦੀਆਂ ਅਖਬਾਰਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਜੇ ਕੁਛ ਪਾਉਣਾ ਹੁੰਦਾ ਸੀ ਤਾਂ ਉਹ ਕਾਫੀ ਪੈਸੇ ਮੰਗਦੇ ਸੀ ਸਹੀ ਗੱਲ ਹੈ ਸਹੀ ਗੱਲ ਹੈ ਪਰ ਬਾਅਦ ਦੇ ਵਿੱਚ ਦੇਖੋ ਵੀ ਜਿਹੜੀ ਕਨਵਰਸ਼ਨ ਹੋਈ ਆ 1973 ਚ ਉਹਦੇ ਵਿੱਚ ਵੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਹਾਂਜੀ ਹਾਂਜੀ ਸਹੀ ਗੱਲ ਹੈ 1973 ਨੂੰ ਹੋਈ ਸੀ ਹਾਂਜੀ 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 ਫਿਰ ਉਸੇ ਸਾਲ ਡਾਕਟਰ ਅੰਬੇਡਕਰ ਬੁੱਧ ਸੈਟੀ ਬਰਮਿੰਗਮ ਉਹਦੇ ਵਿੱਚ ਆਪਣੇ ਕਮੇਟੀ ਵੱਲੋਂ ਤਰਸੇਮ ਲਾਲ ਚਾਹਲ ਹੁਣੀ ਸ਼ਾਮਿਲ ਹੋਏ ਸੀ ਜੀ 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 ਜਾਣੀ ਉਹ ਇੱਕ ਘੰਟੇ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਗਾਣੇ ਵੀ ਲਾਏ ਸੀ ਤੇ ਮੁਹੰਮਦ ਯੂਬ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਹਾਂਜੀ ਕਿਉਂਕਿ ਉਸ ਵੇਲੇ ਤੋਂ ਦੇਖੋ ਵੱਡੀ ਤਾਂ ਗੱਲ ਇਹ ਹੈਗੀ ਆ ਵੀ ਸੰਸਥਾਵਾਂ ਪਹਿਲਾਂ ਵੀ ਬਣੀਆਂ ਸਨ ਪਰ ਕਮੇਟੀ ਨੇ ਜਿਹੜਾ ਇਹ ਕਿਹਾ ਵੀ ਅਸੀਂ ਬੁੱਧ ਧਰਮ ਨੂੰ ਵੀ ਨਾਂ ਰੱਖਣਾ ਜੀ ਸਹੀ ਗੱਲ ਆ ਹਾਂਜੀ ਕਿਉਂਕਿ ਬੁੱਧ ਧਰਮ ਤੋਂ ਲੋਕ ਕੰਨੀ ਕਤਰਾਉਂਦੇ ਸੀ ਹਾਲੇ ਤੱਕ ਵੀ ਦੇਖੋ ਪਹਿਲਾਂ ਤਾਂ ਬੜੀ ਗੱਲ ਆ ਵੀ ਜਦ ਅਸੀਂ ਬਾਬਾ ਸਾਹਿਬ ਨੂੰ ਮੰਨਦੇ ਹਾਂ ਤਾਂ ਉਹਨਾਂ ਦੀ ਵਿਚਾਰਧਾਰਾ ਨੂੰ ਪੂਰਨ ਰੂਪ ਚ ਮੰਨਣਾ ਚਾਹੀਦਾ ਸਹੀ ਗੱਲ ਹੈ ਸਹੀ ਗੱਲ ਵਿਰੋਧਤਾ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਤੁਸੀਂ ਡਰਦੇ ਫਿਰ ਤਾਂ ਕੋਈ ਕੰਮ ਹੀ ਨਹੀਂ ਹੋਣਾ ਜੋ ਡਰ ਗਿਆ ਸੋ ਮਰ ਗਿਆ ਇਸ ਕਰਕੇ ਜਾਣੀ ਮਤਲਬ ਜੋ ਕੁਝ ਕਿਤਾਬਾਂ ਦੇ ਬਾਰੇ ਕੀਤਾ ਗਿਆ ਪਹਿਲਾਂ ਦੇਖੋ ਕਿੰਨੇ ਐਜੀਟੇਸ਼ਨ ਹੋਏ ਹਾਂਜੀ ਹਾਂਜੀ ਔਰ ਫਿਰ ਬਾਅਦ ਦੇ ਵਿੱਚ ਜਿਹੜਾ ਮਾਨਵਰ ਕਾਂਸ਼ੀ ਰਾਮ ਨੂੰ ਇੱਥੇ ਮੰਗਾਇਆ ਸੀ ਉਹ ਇੱਕ ਬਹੁਤ ਵੱਡੀ ਚੁਣੌਤੀ ਸੀ ਪਰ ਉਹ ਵੀ ਤੁਸੀਂ ਦੇਖੋ ਕਮੇਟੀ ਨੇ ਇੰਨਾ ਸਾਥ ਦਿੱਤਾ ਔਰ ਉਹ ਪੂਰਾ ਜਾਣੀ ਮਾਨਵਰ ਕਾਂਸ਼ੀ ਰਾਮ ਹੁਣੀ ਇੱਥੇ 18 ਦਿਨ ਠਹਿਰੇ ਸੀ ਹਾਂਜੀ ਹਾਂਜੀ ਥੈਂਕ ਯੂ ਔਰ ਕਿੰਨੇ ਪ੍ਰੋਗਰਾਮ ਸਫਲ ਹੋਏ ਥੈਂਕ ਯੂ ਭੈਣ ਜੀ ਨੂੰ ਵੀ ਇੱਥੇ ਸੱਦਿਆ ਜਿਹੜਾ ਕਮਿਊਨਿਟੀ ਸੈਂਟਰ ਦਾ ਇਹ ਕੰਮ ਜਿਹੜੇ ਆ ਇਹ
ਹਿਸਟਰੀ ਆ ਜੀ, ਹਿਸਟਰੀ ਆ ਇਹ। ਇਸ ਕਰਕੇ ਜਾਣੀ ਮੈਂ ਬਹੁਤ ਕਮੇਟੀ ਦੀ ਸ਼ਲਾਘਾ ਕਰਦਾ। ਥੈਂਕ ਯੂ, ਇਸ ਤਰ੍ਹਾਂ ਹੀ ਕਾਰਮ ਅੱਗੇ ਵਧਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਕਿੰਨੀ ਜਾਣਕਾਰੀ ਕਮੇਟੀ ਬਾਰੇ, ਬਰਮਿੰਘਮ ਦੇ ਜਿੰਨੇ ਸਾਡੇ ਸਤਿਕਾਰਯੋਗ ਮੈਂਬਰ ਆ, ਹਾਂਜੀ, ਉਹਨਾਂ ਦਾ ਬੜਾ ਸਾਥ ਰਿਹਾ, ਸਾਥ ਰਿਹਾ ਹਮੇਸ਼ਾ, ਹਮੇਸ਼ਾ ਹੀ। ਇਧਰੋਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੀ ਪਹਿਲਾਂ ਪ੍ਰੋਗਰਾਮ ਇੱਦਾਂ ਹੁੰਦੇ ਸੀਗੇ ਕਿ ਕੋਚਾਂ ਲੈ ਕੇ ਜਾਇਆ ਕਰਦੇ, ਕੋਚਾਂ ਜਾ ਕੇ ਕਦੇ ਉਧਰੋਂ ਪੁੱਛਦੇ ਹੁੰਦੇ ਸੀ ਅਗਲੇ ਹਫ਼ਤੇ, ਅਗਲੇ ਬਾਬਾ ਸਾਹਿਬ ਜਨਮੇ ਕਿਹੜੇ, ਤੁਸੀਂ ਕਦੋਂ ਮਨਾਉਣਾ, ਡੇਟਾ ਪੁੱਛਦੇ। ਇਹ ਐਜੂਕੇਸ਼ਨ ਜਿਹੜੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਿਹੜਾ ਮਿਸ਼ਨ ਆ, ਹਾਂਜੀ, ਉਹ ਐਜੂਕੇਸ਼ਨ ਤੋਂ ਬਗੈਰ ਤਾਂ ਬਿਲਕੁਲ ਹੀ, ਹਾਂਜੀ, ਨਹੀਂ। ਤੇ ਜੇ ਅਸੀਂ ਪਿਛਾਂ ਨੂੰ ਜਾਈਏ 2500 ਸਾਲ ਪਹਿਲਾਂ ਤਥਾਗਤ ਬੁੱਧ ਜੀ ਜਿਹੜੇ ਆ ਉਹ ਗਿਆਨ ਦੀ ਗੱਲ ਕਰਦੇ ਆ, ਬੁੱਧੰ ਸ਼ਰਨੰ ਗੱਛਾਮਿ, ਮਤਲਬ ਗਿਆਨ ਦੀ ਸ਼ਰਨ ਦੇ ਵਿੱਚ ਜਾਣਾ, ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਗਿਆਨ ਪ੍ਰਗਿਆ ਤੇ ਜਾਂ ਪੰਨੀਆਂ ਦੀ ਜ਼ਰੂਰਤ ਹੈ। ਤੇ ਜੇ ਅਸੀਂ ਦੂਸਰੇ ਮਹਾਂਪੁਰਸ਼ਾਂ ਨੂੰ ਲਈਏ, ਗੁਰੂ ਰਵਿਦਾਸ ਜੀ ਕਹਿੰਦੇ ਆ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਮਤਲਬ ਕਿ ਵਿਦਿਆ ਤੋਂ ਬਗੈਰ ਅਸੀਂ ਗੁਲਾਮ ਹੋ ਗਏ, ਸਾਡੀ ਇਹ ਹਾਲਤ ਹੈ ਕਿ ਜਿਹੜਾ ਸਾਡਾ ਵਿਵੇਕ ਸੀਗਾ ਉਹ ਮਲੀਨ ਹੋ ਗਿਆ, ਧੁੰਦਲਾ ਹੋ ਗਿਆ। ਉਦੋਂ ਬਾਅਦ ਸਾਡੇ ਮਹਾਂਪੁਰਸ਼ਾਂ ਦੇ ਨਾਂ ਲੈ ਰਹੇ ਹਾਂ, ਮਹਾਤਮਾ ਜੋਤੀ ਰਾਏ ਫੂਲੇ ਜੀ ਜਿਹੜੇ ਕਿ ਸਮਾਜ ਸੁਧਾਰਕ ਦੇ ਪਿਤਾਮਾ। ਵਿਦਿਆ ਗਈ ਤਾਂ ਬੁੱਧੀ ਗਈ, ਬੁੱਧੀ ਗਈ ਤਾਂ ਗਤੀ ਗਈ, ਗਤੀ ਗਈ ਤਾਂ ਰਾਜਨੀਤੀ ਗਈ, ਰਾਜਨੀਤੀ ਗਈ ਤਾਂ ਧਨ ਗਿਆ, ਧਨ ਗਿਆ ਤਾਂ ਅਪਮਾਨ ਗਿਆ, ਧਰਮ ਗਿਆ, ਅਸੀਂ ਕੰਗਾਲ ਹੋ ਗਏ ਬਿਕੋਜ਼ ਲੈਕ ਆਫ ਐਜੂਕੇਸ਼ਨ। ਸ਼ਾਹੂ ਜੀ ਮਹਾਰਾਜ ਜੀ, ਕੋਟੀ ਕੋਟੀ ਨਮਨ ਉਹਨਾਂ ਨੂੰ, ਉਹਨਾਂ ਨੇ ਪੜ੍ਹਾਈ ਤੋਂ ਜਿਹੜਾ ਸਾਡੇ ਸਮਾਜ ਨੂੰ ਬਾਂਝੇ ਰੱਖਿਆ ਗਿਆ, ਉਹਨਾਂ ਨੇ ਇਹ ਦੇਖਿਆ ਤੇ ਆਪਣੇ ਰਾਜ ਦੇ ਵਿੱਚ ਉਹਨਾਂ ਨੇ ਬਹੁ ਗਿਣਤੀ ਸਮਾਜ ਦੇ ਹੁੰਦੇ ਉਹਨਾਂ ਨੂੰ ਸਕੂਲਾਂ ਦੀ ਪ੍ਰਬੰਧ ਕੀਤੀ ਕਿ ਉਹਨਾਂ ਨੇ ਇਸ ਪਛੜੀਆਂ ਸ਼੍ਰੇਣੀਆਂ ਵਾਸਤੇ ਸਕੂਲ ਖੋਲ੍ਹੇ। ਅਤੇ ਬਾਬਾ ਸਾਹਿਬ ਜੀ ਦਾ ਜਦੋਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਮਿਸ਼ਨ ਦੀ, ਉਹਨਾਂ ਦਾ ਤਾਂ ਨਾਰਾ ਹੀ ਜਿਹੜਾ ਸਲੋਗਨ ਹੀ ਆ ਜੋਤੀਰਾਵ ਫੂਲੇ ਜੀ ਦਾ ਤਾਂ ਸੀਗਾ, ਵਿਦਿਆ ਗਈ ਬੁੱਧੀ ਗਈ, ਬੁੱਧੀ ਗਈ ਤਾਂ। ਤੇ ਬਾਬਾ ਸਾਹਿਬ ਜੀ ਦਾ ਜਿਹੜਾ ਸੀਗਾ ਉਹਨਾਂ ਦਾ ਸਲੋਗਨ ਹੀ ਸ਼ੁਰੂ ਹੁੰਦਾ ਐਜੂਕੇਟ ਐਜੀਟੇਟ ਓਰਗੇਨਾਈਜ਼। ਤਾਂ ਇਸ ਤਰ੍ਹਾਂ ਕਮੇਟੀ ਨੇ ਪੰਜਾਬ ਦੇ ਵਿੱਚ ਦੇਖੋ ਐਜੂਕੇਸ਼ਨ ਲਈ 2006 ਦੇ ਵਿੱਚ ਡਾਕਟਰ ਅੰਬੇਡਕਰ ਬੁੱਧਿਸ ਸੋਰਸ ਸੈਂਟਰ ਖੋਲ੍ਹਿਆ, ਉਹਦੇ ਵਿੱਚੋਂ ਐਜੂਕੇਸ਼ਨ ਦੇਣੀ ਦੇਣੀ। ਤਾਂ ਬਾਬਾ ਸਾਹਿਬ ਦੇ ਗੋਲਡਨ ਜੁਬਲੀ ਅਤੇ ਬੁੱਧ ਧੰਮ ਦੀਕਸ਼ਾ ਦਿਵਸ ਦੇ ਉੱਪਰ ਇਹ ਸਕੂਲ ਖੋਲ੍ਹਿਆ ਗਿਆ, ਜਿਹਦੇ ਵਿੱਚ ਇੱਕ ਜਿਹਦੇ ਵਿੱਚੋਂ ਐਜੂਕੇਸ਼ਨਲ, ਸੋਸ਼ਲ ਅਤੇ ਰਿਲੀਜੀਅਸ ਜਿਹੜੇ ਰਿਸੋਰਸ ਪੈਦਾ ਕਰਨੇ ਅਤੇ ਐਜੂਕੇਸ਼ਨ ਦੇ ਵਿੱਚ। ਅਤੇ ਅੱਜ ਦੋ ਸਕੂਲ ਚੱਲ ਰਹੇ ਨੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ ਤੁਹਾਡਾ ਸਾਰਿਆਂ ਦਾ ਕੋਟੀ ਕੋਟੀ ਧੰਨਵਾਦ ਆ, ਸਾਰੇ ਸਪੋਰਟਰਾਂ ਦਾ, ਮੈਂਬਰਾਂ ਦਾ, ਜਿਨ੍ਹਾਂ ਦੀ ਤਨ ਮਨ ਧਨ ਦੀ ਕਮਾਈ ਦੇ ਨਾਲ ਇੱਕ ਕਰਨਾਟਕਾ ਦੇ ਵਿੱਚ 250 ਬੱਚਾ ਪੜ੍ਹ ਰਿਹਾ ਬੜਾ ਗਰੀਬ ਏਰੀਏ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਆਪਣਾ ਸੁਮਨ ਜੀ, ਕੁਛ ਟੈਲੀਫੋਨ ਆਏ ਹਨ ਜੀ ਜੀ, ਅਤੇ ਹਰੀ ਚਾਵਲਾ ਲੰਡਨ ਤੋਂ ਡਾਕਟਰ ਅੰਬੇਡਕਰ ਜੀ ਦੇ ਵਿਛੜੇ ਮੈਂਬਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਡਾਕਟਰ ਅੰਬੇਡਕਰ ਮੋਲ ਕਮੇਟੀ ਗੁਲਸ਼ਨ ਇਸੇ ਤਰ੍ਹਾਂ ਹੀ ਖਿੜਿਆ ਰਹੇ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ। ਮੁਲਕ ਰਾਜ ਬੱਧਨ, ਸ਼ੀਸ਼ ਬੱਧਨ ਜੀ, ਐਕਸਲੈਂਟ ਪ੍ਰੋਗਰਾਮ ਆ ਜੀ। ਇਸੇ ਤਰ੍ਹਾਂ ਸ਼ਾਮ ਲਾਲ ਕੈਂ ਜੀ, ਪ੍ਰੇਮ ਚਮਕੀਲਾ ਜੀ, ਇਸੇ ਤਰ੍ਹਾਂ ਦੀਵਾਨ ਮਹਿੰਦਰਾ ਜੀ ਵੀ ਬਹੁਤ ਬਹੁਤ ਵਧਾਈ ਦੇ ਰਹੇ ਆ, ਸ਼ਰਧਾਂਜਲੀ ਵੀ ਦੇ ਰਹੇ ਆ। ਰਾਮਪਾਲ ਚੱਲੀ ਡਾਲਸ ਜੀ, ਪ੍ਰੋਗਰਾਮ ਬਹੁਤ ਅੱਛਾ ਹੈ।
ਮਿੰਦੂ ਰੱਤੂ ਜੀ, ਡਾਕਟਰ ਅੰਬੇਡਕਰ ਮੂਲ ਕਮੇਟੀ ਨੂੰ ਸਭ ਸ਼ੁਭ ਇਛਾਵਾਂ। ਇਸ ਤਰ੍ਹਾਂ ਹੀ ਕਮੇਟੀ ਦੇ ਵਿਹੜੇ ਵਿੱਚ ਮਿਹਨਤ ਦੇ ਫੁੱਲ ਖਿੜੇ ਰਹਿਣ ਜੀ। ਨਰੇਸ਼ ਮਡਾਰ ਐਨ ਕਵਿਤਾ ਮਡਾਰ ਜੀ ਵੀ ਕਮੇਟੀ ਨੂੰ ਸੋਹਣਾ ਰੱਤੂ ਨੂੰ ਸ਼ਰਧਾਂਜਲੀ ਦਿੰਦੇ, ਹਰ ਕਮੇਟੀ ਨੂੰ ਬਹੁਤ ਬਹੁਤ ਵਧਾਈ ਦੇ ਰਹੇ ਹੈ। ਇਸੇ ਤਰ੍ਹਾਂ ਸ਼ਾਦੀ ਸੱਲਣ ਸੱਤਿਆ ਸੱਲਣ ਜੀ ਪ੍ਰੋਗਰਾਮ ਅੱਛਾ ਹੈ, ਹਰਮੇਸ਼ ਅਤੇ ਸੱਤਿਆ ਜੱਸਲ ਜੀ ਪ੍ਰੋਗਰਾਮ ਅੱਛਾ ਹੈ, ਮਿੰਦੋ ਰੱਤੂ ਜੀ, ਅਨੀਸ਼ ਪਰੀਆ ਜੀ ਆਪਣੇ ਬਾਬਾ ਜੀ ਨੂੰ ਸ਼ਰਧਾਂਜਲੀ ਦੇ ਰਹੇ ਆ, ਸੋਹਣ ਲਾਲ ਸਾਂਪਲਾ ਜੀ ਜਰਮਨੀ ਤੋਂ ਪ੍ਰੋਗਰਾਮ ਬਹੁਤ ਅੱਛਾ ਹੈ, ਚਾਂਦ ਸਾਹਿਬ ਸਾਡੇ ਕੇਰ ਚਾਂਦ ਸਾਹਿਬ ਰੱਤੂ ਜੀ ਨੂੰ ਸ਼ਰਧਾਂਜਲੀ ਦੇ ਰਹੇ ਆ, ਮਿੰਦੋ ਰੱਤੂ ਜੀ ਨਵੀਂ ਕਮੇਟੀ ਬਣ ਤੇ ਬਹੁਤ ਬਹੁਤ ਵਧਾਈਆਂ ਦੇ ਰਿਹਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਸੇ ਤਰ੍ਹਾਂ ਤੁਸੀਂ ਫੀਡਬੈਕ ਕਰਦੇ ਰਹਿਣਾ, ਕਿਉਂਕਿ ਸਾਡਾ ਫਿਰ ਹੌਸਲਾ ਵੱਧਦਾ ਵੀ ਕੋਈ ਨਾ ਕੋਈ ਸਾਨੂੰ ਸੁਣ ਰਿਹਾ ਔਰ ਫੀਡਬੈਕ ਕਰ ਰਿਹਾ। ਸੁਣ ਤਾਂ ਬਹੁਤ ਰਿਹਾ ਸਾਨੂੰ ਪਤਾ, ਪਰ ਉਹ ਟੈਲੀਫੋਨ ਕਰਨ ਲਈ ਥੋੜ੍ਹਾ ਜਿਹਾ ਠੀਕ ਹੈ, ਕੋਈ ਨਹੀਂ, ਬਾਅਦ ਵਿੱਚ ਸਾਨੂੰ ਦੱਸ ਦਿੰਦੇ ਅਸੀਂ ਇਹ ਸੁਣਿਆ ਜੀ। ਕਾਫੀ ਲੋਕ ਜਿਹੜੇ ਅਸੀਂ ਸਮਝਦੇ ਹਾਂ ਜਿਹੜੇ ਹੁਣ ਸਿੱਖ ਸਮਾਜ ਦੇ ਲੋਕ ਹੈਗੇ ਆ, ਈਵਨ ਆਪਣੇ ਪਾਕਿਸਤਾਨੀ ਲੋਕ ਹੈਗੇ ਆ, ਉਹ ਟੱਕਰਦੇ ਆ ਜੀ, ਉਹ ਕਹਿੰਦੇ ਸਾਨੂੰ ਦੇਖਿਆ ਜੀ। ਬਹੁਤ ਬਹੁਤ ਧੰਨਵਾਦ ਜੀ। ਸੁਮਨ ਜੀ, ਬਾਬਾ ਸਾਹਿਬ ਜੀ ਨੇ 14 ਅਕਤੂਬਰ 1956 ਨੂੰ 5 ਲੱਖ ਲੋਕਾਂ ਦੇ ਨਾਲ ਨਾਗਪੁਰ ਦੇ ਵਿੱਚ ਦੀਕਸ਼ਾ ਲਈ ਸੀ, ਕਮੇਟੀ ਨੇ ਇਸ ਬਾਰੇ ਕੀ ਕੀਤਾ? ਬਹੁਤ ਵਧੀਆ ਸਵਾਲ ਆ ਕਿ ਜਿਸ ਤਰ੍ਹਾਂ ਸਾਡੇ ਫਕੀਰ ਚੰਦ ਚੌਹਾਨ ਜੀ ਦੱਸ ਕੇ ਗਏ ਆ, ਅਗਰ ਬਾਬਾ ਸਾਹਿਬ ਦੇ ਮਿਸ਼ਨ ਨੂੰ ਅਪਣਾਉਣਾ ਆ ਤੇ ਉਹਦੇ ਪੂਰੇ ਮਿਸ਼ਨ ਨੂੰ ਅਪਣਾਉਣਾ ਪਵੇਗਾ ਜੀ ਜੀ, ਕਿ ਕੋਟੀ ਕੋਟੀ ਨਮਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ, ਜਿਹਦੇ ਕਰਕੇ ਸਾਨੂੰ ਇਹ ਧੰਮ ਮਿਲਿਆ 14 ਅਕਤੂਬਰ 1956 ਨੂੰ। ਤੇ ਅੱਜ ਫਿਰ ਯਾਦ ਆ ਰਹੀ ਹੈ ਸਾਡੇ ਸੋਹਣਾ ਰੱਤੂ ਜੀ, ਉਹਨਾਂ ਦੀ ਜਿਹੜੀ ਕਲਮ ਤੋਂ ਇੱਕ ਗੀਤ ਲਿਖਿਆ ਗਿਆ ਸੀਗਾ, ਮੈਨੂੰ ਉਹ ਯਾਦ ਲਾਈਨਾਂ ਜਿਹੜੀਆਂ ਮੈਂ ਕਦੇ ਭੁੱਲਦਾ ਨਹੀਂ। ਤੇ ਕੀ ਕਹਿੰਦੇ ਆ, ਬੁੱਧ ਕੀ ਸ਼ਰਨ ਕੀ ਦੇ ਗਿਓ, ਇੱਕ ਕਸਮ ਪੂਰੀ ਹੋ ਗਈ, ਭਾਰਤ ਦੇ ਭਾਗ ਜਾਗ ਪਏ, ਇੱਕ ਕੌਮ ਜਿੰਦਾ ਹੋ ਗਈ। ਵਾਹ ਵਾਹ ਵਾਹ। ਤੇ ਇਹ ਇੱਕ ਕੌਮ ਨੂੰ ਜਿੰਦਾ ਕਰ ਗਏ, ਸਹੀ ਗੱਲ ਹੈ, ਜਾਨ ਪਾ ਗਏ ਜੀ ਜੀ ਜੀ। ਤੇ ਇਹ ਜਿਹੜਾ ਜਦੋਂ ਕਮੇਟੀ ਦੀ ਸਥਾਪਨਾ ਹੋਈ ਆ ਜੀ ਜੀ, ਜਦੋਂ ਸਾਰੇ ਮੈਂਬਰਾਂ ਨੇ ਬਾਬਾ ਸਾਹਿਬ ਨੂੰ ਪੜ੍ਹਿਆ ਤੇ ਬਾਬਾ ਸਾਹਿਬ ਤੁਹਾਡੀ ਫਿਰ ਉਂਗਲੀ ਫੜ ਕੇ ਤਥਾਗਤ ਬੁੱਧ ਕੋਲ ਲੈ ਜਾਂਦੇ ਆ ਜੀ ਜੀ, ਕਿ ਸਾਨੂੰ ਉਹ ਰਸਤਾ ਅਪਣਾਉਣਾ ਪਵੇਗਾ। 1973 ਦੇ ਵਿੱਚ ਜੀ ਜੀ ਬਰਮਿੰਗਮ ਦੇ ਵਿੱਚ ਵੈਸਟ ਬ੍ਰੋਮਿਸ ਟਾਊਨ ਹਾਲ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਹੋਈ, ਜਿਹਦੇ ਵਿੱਚ ਮੈਂ ਫਿਰ ਇੱਥੇ ਧੰਨਵਾਦ ਕਰਦਾ ਜਾਵਾਂ ਕਿ ਬਰਮਿੰਗਮ ਦੇ ਜਿੰਨੇ ਵੀ ਸਤਿਕਾਰਯੋਗ ਮੈਂਬਰ ਆ ਉਹਨਾਂ ਦਾ ਬੜਾ ਉਹਨਾਂ ਦੇ ਵਿੱਚ ਸਾਥ ਸੀ। ਤੇ ਉੱਥੇ ਇੱਕ ਇੰਡੀਆ ਤੋਂ ਬਾਹਰ ਅਗਰ ਦੀਕਸ਼ਾ ਹੋਈ ਆ, ਇਹ ਵੀ ਇੱਕ ਇੰਟਰਨੈਸ਼ਨਲ ਹਿਸਟਰੀ ਆ, ਤੇ ਉਹ ਇੱਥੇ ਇੰਗਲੈਂਡ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਕਮੇਟੀ ਦੇ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕਰਕੇ ਤਾਂ ਉਹਨਾਂ ਨੇ ਸਾਰਿਆਂ ਨੂੰ ਕੋਟੀ ਕੋਟੀ ਨਮਨ ਬੰਤੇ ਸਦਾ ਤਿੱਸਾ ਜੀ ਨੂੰ, ਜਿਹੜੇ ਕਿ ਬਾਬਾ ਸਾਹਿਬ ਨੇ ਜਿੱਦਣ ਬਾਬਾ ਸਾਹਿਬ ਨੇ ਬੁੱਧ ਧੰਮ ਦੀਕਸ਼ਾ ਲਈ ਸੀ ਤੇ ਉਹ 5 ਭਿਕਸ਼ੂਆਂ ਦੇ ਵਿੱਚੋਂ ਉਹ ਭਿਕਸ਼ੂ ਸੀ, ਉਹਨਾਂ ਦੁਆਰਾ ਇਹ ਦੀਕਸ਼ਾ ਦਿੱਤੀ ਗਈ। ਚੰਦਰਾਮਨੀ ਜੀ ਸਨ, ਚੰਦਰਾਮਨੀ ਜਿਹੜੇ ਵੱਡੇ ਪੰਤੇ ਸੀ ਤਾਂ ਸਦਾ ਤਿੱਸਾ ਜੀ ਵਿੱਚ ਸੀ। ਉੱਥੇ 1973 ਦੇ ਵਿੱਚ ਬ੍ਰਿਸਟ ਬ੍ਰਹਮਸ ਟਾਊਨ ਹਾਲ ਦੇ ਵਿੱਚ ਸੈਂਕੜੇ ਲੋਕਾਂ ਨੇ ਉਹਦੇ ਨਾਲ 22 ਪ੍ਰਤੀਗਿਆਵਾਂ ਦੇ ਨਾਲ ਧੰਮ ਦੀਕਸ਼ਾ ਲਈ ਤੇ ਕੋਟੀ ਕੋਟੀ ਨਮਨਿਆ ਉਹਨਾਂ ਸਾਰੇ ਮੈਂਬਰਾਂ ਨੂੰ, ਤੇ ਇਹ ਕਮੇਟੀ ਦਾ ਮਾਰਕੇ ਦਾ ਕੰਮ ਸੀ। ਥੈਂਕ ਯੂ, ਥੈਂਕ ਯੂ ਸੁਮਨ ਜੀ। ਬਾਬਾ ਸਾਹਿਬ ਦਾ ਨਾਮ ਅਤੇ ਮਿਸ਼ਨ ਨੂੰ ਫੈਲਾਉਣ ਲਈ ਕਮੇਟੀ ਨੇ ਕਿਹੜੇ ਕਿਹੜੇ ਕੰਮ ਕੀਤੇ? ਦੇਖੋ, ਕਿਉਂਕਿ ਬਾਬਾ ਸਾਹਿਬ ਦਾ ਅੱਜ ਅਗਰ ਦੁਨੀਆਂ ਦੇ ਵਿੱਚ ਨਾਂ ਆ, ਬਾਅਦ ਦੇ ਵਿੱਚ ਤਾਂ ਬਹੁਤ ਲੋਕ ਆਏ ਆ, ਲੇਕਿਨ ਅਗਰ ਦੇਖਿਆ ਜਾਵੇ ਤਾਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਜਿਹੜੀ ਸ਼ੁਰੂਆਤ ਕੀਤੀ ਆ ਜੀ ਜੀ, ਤਾਂ ਜਦੋਂ ਅਸੀਂ ਦੇਖਦੇ ਹਾਂ ਕਿ
ਬਾਬਾ ਸਾਹਿਬ ਦੀਆਂ ਕਿਤਾਬਾਂ ਜਿਹੜੀਆਂ ਸੀਗੀਆਂ ਜਿਹੜੀ ਲਾਈਫ ਐਂਡ ਮਿਸ਼ਨ ਅਸੀਂ ਉੱਥੇ ਕੀਤਾ, ਉਹਦੇ ਨਾਲ ਨਾਲ ਜਿੱਥੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਟੱਡੀ ਕੀਤੀ ਸੀਗੀ ਉਹਨਾਂ ਦੇ ਵਿੱਚ, ਜਿੱਦਾਂ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਉੱਥੇ ਸਭ ਤੋਂ ਪਹਿਲਾਂ ਜਿਹੜਾ ਪੋਰਟਰੇਟ ਜਿਹੜਾ ਲਗਾਇਆ ਗਿਆ ਉਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਲਗਾਇਆ ਗਿਆ। ਬੇਸ਼ੱਕ ਹੁਣ ਸਟੈਚੂ ਲੱਗ ਰਹੇ ਆ, ਵੀ ਆਰ ਵੈਰੀ ਪ੍ਰਾਊਡ ਆਫ, ਤਾਂ ਉਹਦੇ ਨਾਲ ਹੀ ਨਾਲ ਜਿਹੜਾ ਗਰੇਜ਼ਨ ਜਿੱਥੋਂ ਬਾਰ ਐਟ ਲੋਅ ਕੀਤੀ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ, ਉੱਥੇ ਫੁੱਲ ਸਾਈਜ਼ ਜਿਹੜਾ ਪੋਰਟਰੇਟ ਜਿਹੜਾ 1974 ਚ 1974 ਦੇ ਵਿੱਚ ਲਗਾਇਆ ਗਿਆ। ਇੱਥੇ ਹੀ ਨਹੀਂ ਬਸ, ਈਵਨ ਅਮੈਰੀਕਾ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਅਗਰ ਸਭ ਤੋਂ ਪਹਿਲਾਂ ਜੋ ਪੋਰਟਰੇਟ ਲਾਈਫ ਸਾਈਜ਼ ਲੱਗਾ ਕੋਲੰਬੀਆ ਯੂਨੀਵਰਸਿਟੀ, ਉਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਲਗਾਇਆ ਗਿਆ। ਉਹਦੇ ਵਿੱਚ ਇੱਥੇ ਮੈਂ ਗੱਲ ਹੋਰ ਦੱਸਦਾ ਜਾਵਾਂ, ਕਿਉਂਕਿ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਉਸ ਹਾਲਤ ਦੇ ਵਿੱਚ ਨਹੀਂ ਸੀਗੇ ਉੱਥੇ ਜਾ ਸਕਣ, ਅਸੀਂ ਸਾਡੇ ਮਾਨਵਜ ਹਾਈ ਕਮਿਸ਼ਨਰ ਜਿਹੜੇ ਸੀ ਉੱਥੇ ਦੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਉਹਨਾਂ ਨੇ ਉਹਦੀ ਜਿਹੜੀ ਉਦਘਾਟਨ ਕੀਤਾ ਸੀ। ਦੇਖੋ ਜੀ, ਅੱਜ ਤੋਂ ਕਿੰਨਾ ਚਿਰ ਪਹਿਲਾਂ ਦੀਆਂ ਗੱਲਾਂ, 50 ਸਾਲ ਪਹਿਲਾਂ, ਤੇ ਇਹ ਕਮੇਟੀ ਦੇ ਮਾਰਕੇ ਦੇ ਕੰਮ ਆ। ਤੇ ਅੱਜ ਦੁਨੀਆ ਦੇ ਵਿੱਚ ਬੇਸ਼ੱਕ ਉੱਥੇ ਸਟੈਚੂ ਲੱਗੇ ਆ ਹੁਣ, ਲੇਕਿਨ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ ਚਿੜੀਆ ਦਾ ਆਸ਼ਿਆਨਾ ਜਿਹੜਾ ਆ, ਤਿਨਕਾ ਤਿਨਕਾ ਜਿਹੜਾ ਆ ਉਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਮੈਂਬਰਾਂ ਨੇ ਉਠਾ ਕੇ ਤੇ ਕਮੇਟੀ ਨੂੰ। ਦੇਖੋ ਜੀ, ਆਪਾਂ ਕੰਮ ਤਾਂ ਬਹੁਤ ਹੈ, ਸਾਰੇ ਆਪਾਂ ਕੰਮ ਤਾਂ ਨਹੀਂ ਦੱਸ ਸਕਦੇ। ਹਾਂਜੀ, ਉਹ ਮੋਟੇ ਮੋਟੇ ਜੋ ਆਪਾਂ ਕੰਮ ਕੀ ਕੀ ਸਿਫਤ ਕਰਾਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ। ਹਾਂਜੀ, ਸੁਮਨ ਜੀ, ਬਾਬਾ ਸਾਹਿਬ ਨੇ ਕਮੇਟੀ ਨੇ ਬਾਬਾ ਸਾਹਿਬ ਯਾਦ ਵਿੱਚ ਮਿਊਜ਼ੀਅਮ ਵੀ ਬਣਾਏ, ਇਸ ਬਾਰੇ ਕੁਛ ਦੱਸੋ। ਬਿਲਕੁਲ ਬਿਲਕੁਲ, ਇੱਥੇ ਮੈਂ ਕੋਟੀ ਕੋਟੀ ਨਮਨ ਕਰਦਾ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਾਈਵੇਟ ਸੈਕਟਰੀ ਨਾਨਕ ਚੰਦ ਰੱਤੂ ਜੀ ਉਹਨਾਂ ਦੇ ਬੇਟੇ ਨੂੰ ਸਿਧਾਰਥ ਪ੍ਰਕਾਸ਼ ਰੱਤੂ ਜੀ ਨੂੰ ਅਤੇ ਉਹਨਾਂ ਦੀ ਬਹੂ ਨੂੰ ਸ਼ਸ਼ੀ ਰੱਤੂ ਜੀ ਦਾ ਧੰਨਵਾਦ ਕਰਦਾ ਹਾਂ। ਹਾਂਜੀ, ਕਿਉਂਕਿ ਜਦੋਂ ਨਾਨਕ ਚੰਦ ਰੱਤੂ ਜੀ ਇੱਥੇ ਆਏ ਤਾਂ ਇੱਥੇ ਸਾਡੇ ਸੀਨੀਅਰ ਮੈਂਬਰ ਸਾਡੇ ਨਮਨ ਕਰਦੇ ਹਾਂ ਡਾਕਟਰ ਚਮਨ ਲਾਲ ਮੰਮਣ ਜੀ ਨੂੰ, ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਉਹਨਾਂ ਦੀ ਇਹ ਖਾਸ ਸੀ, ਉਹਨਾਂ ਨੇ ਸਾਡੇ ਸੀਨੀਅਰ ਮੈਂਬਰ ਸੁੰਦਰ ਝੱਲੀ ਨਾਲ ਗੱਲ ਕੀਤੀ, ਝੱਲੀ ਸਾਹਿਬ ਆਪਣਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਨਾਂ ਤਾਂ ਮੈਮੋਰੀਅਲ ਹੈ ਡਾਕਟਰ ਅੰਬੇਡਕਰ ਮੈਮੋਰੀਅਲ, ਲੇਕਿਨ ਸਾਡੇ ਕੋਲ ਬਾਬਾ ਸਾਹਿਬ ਦੀ ਕੋਈ ਮੈਮੋਰੀਅਲ ਨਹੀਂ। ਤੇ ਨਾਨਕ ਸ਼ਾਹ ਰੱਤੂ ਜੀ ਜਦੋਂ ਇੱਥੇ ਆਏ ਆ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੈਂਬਰਾਂ ਨੇ, ਸਭ ਤੋਂ ਜ਼ਿਆਦਾ ਸਾਡੇ ਸੁੰਦਰ ਝੱਲੀ ਜੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਕਨਵਿੰਸ ਕੀਤਾ ਤੇ ਨਾਨਕ ਸ਼ਾਹ ਰੱਤੂ ਜੀ ਜਿਹੜੇ ਐਗਰੀ ਹੋ ਗਏ ਕਿ ਮੈਂ ਉਹਨਾਂ ਦੀਆਂ ਜਿਹੜੀਆਂ ਵਸਤੂਆਂ ਆ ਮੈਂ ਜ਼ਰੂਰ ਇੱਥੇ ਲੈ ਕੇ ਆਵਾਂਗਾ। ਲੇਕਿਨ ਕਿਆ ਹੋਇਆ ਕਿ ਉਹ ਬਿਮਾਰ ਹੋ ਗਏ ਤਾਂ ਲੇਕਿਨ ਆਪ ਨਹੀਂ ਪਹੁੰਚ ਸਕੇ, ਤਾਂ ਲੇਕਿਨ ਉਹਨਾਂ ਦੇ ਬੇਟੇ ਸਿਧਾਰਥ ਪ੍ਰਕਾਸ਼ ਰੱਤੂ ਜੋ ਕਿ ਅੱਜ ਉਹ ਵੀ ਇਸ ਦੁਨੀਆਂ ਦੇ ਨਹੀਂ ਆ, ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਉਹਨਾਂ ਨੇ ਇੱਕ ਸਹੀ ਸਪੂਤ ਹੋਣ ਦੀ ਉਦਾਹਰਣ ਦਿੱਤੀ, ਉਹਨਾਂ ਨੇ ਉਹ ਜਿਹੜਾ ਆਪਣੇ ਪਿਤਾ ਜੀ ਦਾ ਜਿਹੜਾ ਪ੍ਰੋਮਿਸ ਕੀਤਾ ਸੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੂੰ, ਤਾਂ ਉਹਨਾਂ ਨੇ ਪੂਰਾ ਕੀਤਾ। 65 ਵਸਤੂਆਂ ਜਿਹੜੀਆਂ ਬਾਬਾ ਸਾਹਿਬ ਦੀਆਂ, 65 ਆਰਟੀਫੈਕਟਸ ਆਫ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ, ਜਿਹਨਾਂ ਨੂੰ ਆਪਾਂ ਇਟਲੀ ਵੀ ਲੈ ਕੇ ਗਏ, ਉਹਨਾਂ ਨੇ ਇੱਥੇ ਲਿਆਂਦੀਆਂ ਤੇ ਉੱਥੇ ਫਿਰ ਕਮੇਟੀ ਨੇ ਉੱਤੇ ਮਿਊਜ਼ੀਅਮ ਬਣਾ ਕੇ ਉੱਥੇ ਸੁਸ਼ੋਭਿਤ ਕੀਤੀਆਂ ਗਈਆਂ, ਜਿੱਥੋਂ ਕਿ ਦੁਨੀਆ ਭਰ ਦੇ ਲੋਕ ਆ ਕੇ ਉਹਨਾਂ ਨੇ ਦਰਸ਼ਨ ਕਰਦੇ ਨੇ, ਤੇ ਇਹਦੀ ਐਕਸੀਬਿਸ਼ਨ ਵੀ ਲਾਈ ਗਈ ਇਟਲੀ ਦੇ ਵਿੱਚ, ਆਪਾਂ 2 ਵਾਰੀ ਉਹਨਾਂ ਨੂੰ ਲੈ ਕੇ ਗਏ ਆ, ਤਾਂ ਇਹ ਬਹੁਤ ਕੈਨੇਡਾ ਵੀ ਲੈ ਕੇ ਗਏ ਸੀ, ਇਹ ਬਹੁਤ ਮਾਰਕੇ ਦਾ ਕੰਮ ਆ, ਕਿਉਂਕਿ ਬਾਬਾ ਸਾਹਿਬ ਦੇ ਜਦੋਂ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਹਾਂ, 2 ਵਾਰੀ ਨਹੀਂ ਆਪਾਂ 5 ਵਾਰੀ ਗਏ ਆ ਜੀ, ਅਸੀਂ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ। ਨਹੀਂ ਹਾਂਜੀ ਹਾਂਜੀ, ਤਾਂ ਬਹੁਤ ਬਹੁਤ ਧੰਨਵਾਦ ਜੀ, ਆਪਾਂ ਇਹ ਗੱਲ ਵਿੱਚ ਛੱਡ ਗਏ ਹਾਂ ਕਿ ਧੰਮ ਦੇ ਪ੍ਰਚਾਰ ਪ੍ਰਸਾਰ ਲਈ ਕਮੇਟੀ ਨੇ ਇੰਗਲੈਂਡ 'ਚ ਕੀ ਕੀਤਾ ਜੀ ਜੀ ਜੀ, ਤੇ ਦੁਨੀਆ ਦੇ ਕੀ ਕੀਤਾ, ਹਾਂਜੀ ਕਿ ਬੁੱਧ ਵਿਹਾਰ ਜੋ ਹੈ, ਹਾਂ
ਤੇ ਦੇਖੋ ਪਹਿਲਾਂ ਜਦੋਂ ਜਦੋਂ ਮੈਂਬਰ ਬਣੇ ਪਹਿਲਾਂ ਬਿੰਦ ਪਿਆਰ ਆਪਣੇ 1976 ਦੇ ਵਿੱਚ ਪਹਿਲਾਂ ਕੋਟੀ ਕੋਟੀ ਨਮਨ ਆ ਉਹਨਾਂ ਨੂੰ ਸਾਡੇ ਜਿਹੜੇ ਸਾਡੇ ਬੈਰਿਸਟਰ ਸੀਗੇ ਜੌਨ ਮੈਕਸਵੈਲ ਨਾਲ ਪ੍ਰਕਾਸ਼ ਰੱਤੂ ਜੀ ਦਾ ਵੀ ਬੜਾ ਜੀ ਨੂੰ ਯਾਦ ਕਰਦੇ ਉਹਨਾਂ ਦੀ ਬੜੀ ਕੋਸ਼ਿਸ਼ ਸੀਗੀ ਕਿਉਂਕਿ ਜਦੋਂ ਪਹਿਲਾਂ ਕਮੇਟੀ ਬਣੀ ਸਾਡੇ ਕੋਲ ਕੋਈ ਬੁੱਧ ਪਿਆਰ ਨਹੀਂ ਸੀ ਤੇ ਜਿਹੜਾ ਚਰਚ ਜਿਹੜਾ ਉਹਦਾ ਕਮਰਾ ਹਰ ਤੇ ਲੈ ਕੇ ਉੱਥੇ ਸਾਡੇ ਤਰਸੇਮ ਲਾਲ ਚਾਹਲ ਜੀ ਸਾਡੇ ਸੰਤ ਰਾਮ ਜੀ ਬਜ਼ੁਰਗ ਸੰਤ ਰਾਮ ਜੀ ਸਰਕਾਰ ਜੋ ਸੰਤ ਰਾਮ ਪ੍ਰਕਾਸ਼ ਹਰਪੁਰੀ ਜੀ ਸਾਡੇ ਅੰਕਲ ਜੀ ਹਰਪੁਰੀ ਜੀ ਉਹਨਾਂ ਨੂੰ ਵੀ ਕੋਟੀ ਕੋਟੀ ਨਮਨ ਆ ਤੇ ਉਹ ਫਿਰ ਟਾਈਮ ਟੂ ਟਾਈਮ ਧੰਮ ਦਾ ਜਿਹੜਾ ਗੱਲ ਦੱਸਦੇ ਹੁੰਦੇ ਸੀ ਟਾਈਮ ਟੂ ਟਾਈਮ ਪੰਤੀ ਜੀ ਨੂੰ ਸੱਦ ਕੇ ਪ੍ਰਵਚਨ ਕਿਹਾ ਕਰਦੇ ਸਨ 1976 ਦੇ ਵਿੱਚ ਫਿਰ ਆਪਾਂ ਬੁੱਧ ਵਿਹਾਰ ਉਹ ਲਿਆ ਉਹ ਬਿਲਡਿੰਗ ਲਈ ਉਹਦਾ ਬੁੱਧ ਵਿਹਾਰ ਬਣਾਇਆ ਜਿਹਦੇ ਵਿੱਚ ਤਕਰੀਬਨ ਦੁਨੀਆਂ ਭਰ ਦੇ ਸਾਰੇ ਦੁਨੀਆਂ ਦੇ ਪੰਤੇ ਜਿਹੜੇ ਅਸੀਂ ਭਿਕਸ਼ੂ ਹਨ ਇੱਕ ਗੱਲ ਮੈਂ ਜੋੜ ਦੇਵਾਂ ਕਿ ਉਸ ਵਕਤ ਇੱਥੇ ਬਰਮਿੰਘਮ ਜਾਂ ਮਿਡਲੈਂਡ ਦੇ ਵਿੱਚ ਕੋਈ ਵੀ ਬੁੱਧ ਵਿਹਾਰ ਹੈ ਨਹੀਂ ਸੀਗਾ ਸਿਰਫ ਆਪਾਂ ਪੰਜਾਬੀਆਂ ਨੇ ਹੀ ਪਹਿਲਾਂ ਬੁੱਧ ਵਿਹਾਰ ਬਣਾਇਆ ਇਹਦੀ ਮੈਂ ਇੱਕ ਹੋਰ ਦੱਸਣ ਲੱਗਾ ਸੋਰੀ ਟੂ ਇੰਟਰਪਟ ਯੂ ਹਾਂਜੀ ਦਿਸ ਵਾਜ ਦਾ ਫਸਟ ਐਵਰ ਬੁੱਧਾ ਵਿਹਾਰਾ ਵਾਜ ਬਿਲਟ ਆਊਟਸਾਈਡ ਆਫ ਇੰਡੀਆ ਬਾਈ ਇੰਡੀਅਨਸ ਇੰਡੀਅਨਸ ਤੇ ਜਿਹੜਾ ਕਿ ਬੁੱਧ ਵਿਹਾਰ ਆ ਤੇ ਇਹ ਕਮੇਟੀ ਦਾ ਮਾਰਕੇ ਦਾ ਕੰਮ ਆ ਤਾਂ ਉਸ ਤੋਂ ਬਾਅਦ ਆ ਜਿਹੜਾ 1991 ਦੇ ਵਿੱਚ ਉਹਨਾਂ ਦੀ ਸਟੀਨਰੀ ਦੇ ਉੱਪਰ ਤੇ ਇਹ ਜਿਹੜਾ ਬੁੱਧ ਵਿਹਾਰ ਨਵਾਂ ਬਣਾ ਕੇ ਇੱਥੇ ਆਪਾਂ ਨਮਨ ਕਰਦੇ ਸਾਰੇ ਮਹਾਸੰਭੂ ਨੂੰ ਯਾਦ ਕਰਨਾ ਵੀ ਕੋਟੀ ਕੋਟੀ ਨਮਨ ਆ ਉਹਨਾਂ ਦੀ ਰਹਿਨੁਮਾਈ ਤੇ ਇਹ ਜਿਹੜਾ ਬਣਿਆ ਸੀ ਤਾਂ ਉਹਦੇ ਦੇ ਨਾਲ ਨਾਲ ਆਪਾਂ ਨਮਨ ਕਰਦੇ ਜਾਈਏ ਸਾਡੇ ਸਤਿਕਾਰ ਜੋ ਲੇਟ ਚਮਨ ਲਾਲ ਜੱਖੂ ਜੀ ਨੂੰ ਜਿਹਨਾਂ ਨੇ ਸਾਰਾ ਪਲਾਟ ਲੈ ਕੇ ਤੇ ਕਮੇਟੀ ਨੂੰ ਦਾਨ ਕੀਤਾ ਤੇ ਇੱਥੇ 91 ਦੇ ਵਿੱਚ ਜਦੋਂ ਫਿਰ ਇਹ ਬੁੱਧ ਵਿਹਾਰ ਬਣਾਇਆ ਤਾਂ ਇਹ ਬਾਬਾ ਸਾਹਿਬ ਦਾ ਧੰਨਵਾਦ ਕੀਤਾ ਥੈਂਕ ਯੂ ਬਾਬਾ ਸਾਹਿਬ ਸਾਨੂੰ ਉਹ ਧਰਮੀਆਂ ਨੂੰ ਧੰਮ ਵਾਲੇ ਬਣਾ ਕੇ ਗਏ ਹਾਂ ਤੇ ਅਸੀਂ ਇਹ ਬੁੱਧ ਵਿਹਾਰ ਤੁਹਾਨੂੰ ਸਮਰਪਿਤ ਕਰਦੇ ਹਾਂ 1991 ਦੀ ਗੱਲ ਸਨ 2000 ਦੇ ਵਿੱਚ ਆਪਾਂ ਤੇ 2000 ਦੇ ਵਿੱਚ ਫਿਰ ਆਪਾਂ ਇਹ ਕਮਿਊਨਿਟੀ ਸੈਂਟਰ ਬਣਾਇਆ ਜਿਸ ਦੇ ਵਿੱਚ ਅੱਜ ਲੋਟਸ ਟੀਵੀ ਸਟੂਡੀਓ ਜੋ ਅੱਜ ਅੱਜ ਅਸੀਂ ਗੱਲ ਕਰ ਰਹੇ ਹਾਂ ਤਾਂ ਇਹ 2000 ਦੇ ਵਿੱਚ ਜਿਹਦਾ ਉਦਘਾਟਨ ਸਾਡੇ ਭੈਣ ਮਾਇਆ ਕੁਮਾਰੀ ਮਾਇਆਵਤੀ ਜੀ ਨੇ ਕੀਤਾ ਸੀ ਜਲਦੀ ਜਲਦੀ ਵਿੱਚ ਦੋ ਹੋਰ ਕੁਛ ਕਾਲ ਆਏ ਆ ਜੀ ਜੋਗਰਾਮ ਸਾਂਗਰੇ ਗਲਾਸਗੋ ਤੋਂ ਪੁਰਾਣੀਆਂ ਯਾਦਾਂ ਤਿਆਰੀਆਂ ਕਰ ਦਿੱਤੀਆਂ ਜੀ ਇਹਨਾਂ ਦਾ ਬੜਾ ਸਾਥ ਦੁਨੀਆਂ ਵਿੱਚ ਨਾਂ ਚੱਲਦਾ ਜੀ ਜਗਦੀਸ਼ ਦਾਦਰਾ ਸਮਿਤੀ ਦਾਦਰਾ ਜੀ ਆਪਣੇ ਫਾਊਂਡਰ ਮੈਂਬਰ ਅਤੇ ਉਹ ਹੀ ਪ੍ਰੋਗਰਾਮ ਦੇਖ ਰਹੇ ਤਾਂ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਗਾਣਾ ਬਹੁਤ ਅੱਛਾ ਲੱਗਾ ਕਹਿੰਦੇ ਜਸਵੀਰ ਕਰੜੇ ਜੀ ਉਹ ਵੀ ਵਧਾਈਆਂ ਦੇ ਰਹੇ ਆ ਰਾਮ ਪ੍ਰਕਾਸ਼ ਮੰਮਨ ਜੀ ਸੋਹਣ ਲਾਲ ਰੱਤੂ ਜੀ ਨੂੰ ਸ਼ਰਧਾਂਜਲੀਆਂ ਦੇ ਅਤੇ ਨਵੀਂ ਕਮੇਟੀ ਨੂੰ ਵਧਾਈਆਂ ਦੇਣਗੀਆਂ ਸਾਰੀ ਕਮੇਟੀ ਨੂੰ ਬਹੁਤ ਮਿਹਨਤ ਕਰ ਰਹੀ ਹੈ ਸ਼ੁਭ ਸ਼ੁਭ ਇਸ਼ਾਵਾਂ ਉਹਨਾਂ ਦੀ ਥੈਂਕ ਯੂ ਸਾਡੇ ਸਿਆਣੇ ਆ ਹਮੇਸ਼ਾ ਸਾਨੂੰ ਬਜ਼ੁਰਗਾਂ ਦਾ ਐਕਚੁਲੀ ਇੱਥੇ ਮੈਂ ਗੱਲ ਕਰਦਾ ਜਾਵਾਂ ਇਹ ਜਿਹੜਾ ਬਜ਼ੁਰਗਾਂ ਦਾ ਜਿਹੜਾ ਸਾਡੇ ਨਾਲ ਆਸ਼ੀਰਵਾਦ ਆ ਆਸ਼ੀਰਵਾਦ ਇਹਦੇ ਕਰਕੇ ਅੱਜ ਅਸੀਂ ਇੰਨੇ ਕਾਮਯਾਬ ਹਾਂ ਆਂਟੀ ਨੰਜੋ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਨਿਰਮਲਾ ਭਾਟੀਆ ਵੀ ਪ੍ਰੋਗਰਾਮ ਪਸੰਦ ਕਰ ਰਹੇ ਨਿਰਮਲਾ ਭਾਟੀਆ ਜੀ 80 ਸਾਲ ਦੇ ਹੋ ਗਏ ਆ ਫਿਰ ਵੀ ਨੱਟ ਨੱਟ ਕੇ ਸਿਆਣੇ ਹੋ ਗਏ ਪਰ ਨੱਟ ਨੱਟ ਕੇ ਕੰਮ ਕਰਦੇ ਆ ਤੇ ਵਧਾਈ ਦੇ ਰਹੇ ਆ ਤੇ ਇਹਦੇ ਨਾਲ ਹੀ ਨਾਲ ਜੋਗਰਾਮ ਸਾਂਗਰੀ ਦੱਸ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸੇ ਤਰ੍ਹਾਂ ਸਾਨੂੰ ਯਾਦ ਕਰ ਲਿਆ ਵੀ ਆਪਣੇ ਕੋਲ 2 ਮਿੰਟ ਹੀ ਰਹਿ ਗਏ ਆ ਜੀ 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 ਹਨੇ ਅਖੀਰ ਦੇ ਵਿੱਚ ਆਪਾਂ ਬਹੁਤ ਕੁਛ ਤਾਂ ਨਹੀਂ ਦੱਸ ਸਕਦੇ ਜਿੰਨਾ ਕੁ ਦੱਸ ਸਕੇ ਅਸੀਂ ਕੋਸ਼ਿਸ਼ ਕੀਤੀ ਆ ਇਹ ਸਭ ਕੁਛ ਤਾਂ ਨਹੀਂ ਦੱਸ ਸਕਦੇ ਸਾਡੇ ਕੋਲ 40-50 ਮਿੰਟ ਹੁੰਦੇ ਆ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਕੋਈ ਨਾ ਕੋਈ ਛੋਟੀ ਜਿਹੀ ਕੋਈ ਗਾਥਾ ਦਾ ਐਟ ਦ ਐਂਡ ਸਾਨੂੰ ਜੇ ਬਹੁਤ ਵਧੀਆ ਕਿਉਂਕਿ ਬਿਨਾਂ ਗਾਥਾ ਤੋਂ ਜਿਹੜਾ ਆ ਉਹ ਗੱਲ ਨਹੀਂ ਬਣਦੀ ਤਾਂ ਗਾਥਾ ਜਿਹੜੀ ਆ ਕਿ ਜਿੱਦਾਂ ਕਿ ਅਸੀਂ ਤਮ ਚੱਕ ਪਵੱਤਰ ਸੁੱਤ ਦੀ ਗਾਥਾ ਆ ਕਿ ਤਥਾਗਤ ਬੁੱਧ ਸਾਨੂੰ
ਆਪਣੇ ਮੱਗ ਵੱਗ ਦੇ ਵਿੱਚ ਦੇਸ਼ਨਾ ਦਿੰਦੇ ਆ, ਵਾਚਾ ਨੂੰ ਰੁੱਖੀ ਮਨਸਾ ਸੁਸੰਬਤੋ ਕਾਇਨ ਚ ਅਕੁਸ਼ਲੰ ਨਾ ਕਾਇਰਾ ਜੀ ਜੀ, ਏ ਤੇ ਤਯੋ ਕੰਮਾਂ ਪਥੇ ਵਿਸੁੱਧਈ ਰਾਧਈ ਮੱਗਮ ਇਸੀ ਪਵੇਦਿਤੰ। ਇਹਦਾ ਮਤਲਬ ਹੈ ਬਾਣੀ ਦੇ ਉੱਪਰ ਸੰਜਮ ਰੱਖੋ, ਮਨ ਦੇ ਉੱਤੇ ਸੰਜਮ ਰੱਖੋ, ਸਰੀਰ ਤੋਂ ਕੋਈ ਪਾਪ ਕਰਮ ਜਾਂ ਕੁਸ਼ਲ ਕਰਮ ਨਾ ਕਰੋ, ਇਹਨਾਂ ਤਿੰਨਾਂ ਮਾਰਗਾਂ ਨੂੰ ਸ਼ੁੱਧ ਬਣਾਈ ਰੱਖੋ, ਜੋ ਬੁੱਧਾ ਦੁਆਰਾ ਦੱਸਿਆ ਗਿਆ ਉਸ ਉੱਤੇ ਚੱਲੋ। ਇਨ ਇੰਗਲਿਸ਼ ਬੀ ਵਾਚਫੁੱਲ ਆਫ ਯੂਰ ਸਪੀਚ, ਵੈਲ ਰਿਸਟ੍ਰੇਨਡ ਇਨ ਦਾ ਮਾਇੰਡ, ਲੈਟ ਹਿਮ ਡੂ ਨਾਟ ਡੂ ਨੋ ਈਵਲਸ ਵਿਦ ਦਾ ਬਾਡੀ, ਲੈਟ ਹਿਮ ਪਿਓਰੀਫਾਈ ਦੀਸ ਥਰੀ ਪਾਥ ਆਫ ਐਕਸ਼ਨਸ, ਅਟੇਨ ਐਂਡ ਫੋਲੋ ਦਾ ਪਾਥ ਮੇਡ ਨੋਨ ਬਾਈ ਦੀ ਸੇਜਸ ਦਾ ਬੁੱਧਾਜ। ਸਾਰੇ ਸੁਖੀ ਬਸੋ, ਐਵੇਂ ਬਹੁਤ ਬਹੁਤ ਧੰਨਵਾਦ ਜੀ। ਅਮਿਤਾਬ ਕੌਲਤਾਰ ਔਰ ਦਰਸ਼ਨਾ ਕੌਲਤਾਰ ਜੀ ਦਾ ਵੀ ਟੈਲੀਫੋਨ ਆਇਆ ਹੈ, ਉਹਨਾਂ ਨੇ ਵੀ ਵਧਾਈ ਦੇ ਰਹੇ ਹੈ। ਇਹ ਵੀ ਸਾਡੇ ਜੀ ਪਹਿਲੇ ਕੈਸ਼ੀਅਰਸ ਦੀ ਕਮੇਟੀ ਦੇ ਹਨ ਜੀ, ਤੁਹਾਡਾ ਬਹੁਤ ਬਹੁਤ ਭਾਅ ਜੀ ਧੰਨਵਾਦ ਹੈ। ਮੈਂ ਸਾਰੇ ਜਿਹਨਾਂ ਨੇ ਕਾਮਨਾ ਕਰਦੇ ਹਾਂ ਅਤੇ ਜਿਹਨਾਂ ਜਿਹਨਾਂ ਨੇ ਵੀ ਫੋਨ ਕੀਤੇ ਹੈ, ਵਧਾਈ ਦਿੱਤੀ ਹੈ, ਰੱਤੂ ਸਾਹਿਬ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ, ਸਾਡੇ ਗੌਤਮ ਰੱਤੂ ਜੀ ਦਾ, ਆਪਣੇ ਬੱਧਨ ਸਾਹਿਬ ਹੋਣਾ ਦਾ, ਮੁਲਕ ਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ, ਇਸੇ ਤਰ੍ਹਾਂ ਤੁਸੀਂ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਇਹਦੀ ਮਦਦ ਵੀ ਕਰੋ, ਕਿਉਂਕਿ ਬੁੱਧ ਵਿਹਾਰ ਦੇ ਵਿੱਚ ਆਵੋ, ਇੱਥੇ ਬਹੁਤ ਹੀ ਸੋਹਣੇ ਤੰਮ ਪ੍ਰਵਚਨ ਹੁੰਦੇ ਨੇ, ਬੁੱਧੀਆਂ ਸਿੱਖਿਆਵਾਂ ਦਾ ਜੋ ਪੰਤੇ ਜੀ ਬਹੁਤ ਸੋਹਣੇ ਤਰੀਕੇ ਨਾਲ ਦੱਸਦੇ। ਹਾਂਜੀ, ਹੁਣ ਤਾਂ ਚਾਰ ਪੰਤੇ ਜੀ ਹੈਗੇ ਆ, ਤੁਸੀਂ ਆ ਸਕਦੇ ਆ, ਆਪਣੇ ਆਸ਼ੀਰਵਾਦ ਲੈ ਸਕਦੇ ਆ। ਸਾਡਾ ਪ੍ਰੋਗਰਾਮ ਦੇ ਐਂਡ ਤੱਕ ਆ ਗਿਆ ਹੈ। ਹਾਂਜੀ, ਨਮੋ ਬੁੱਧਾ, ਜੈ ਭੀਮ, ਜੈ ਪ੍ਰਭੂ ਭਾਰਤ ਜੀ।